ਦੋ ਬੇਨਤੀਆਂ ਨੇ, ਇਹ ਧਿਆਨ ਨਾਲ ਸੁਣਨੀਆਂ ਨੇ। ਜਿਹੜੇ ਲਾਈਵ ਸੁਣਦੇ ਅੱਗੇ ਤੋਂ ਅੱਗੇ ਸ਼ੇਅਰ ਕਰਿਓ। ਪਹਿਲੀ ਤੇ ਬੇਨਤੀ, ਜਿਹੜਾ ਤੁਹਾਡਾ ਹਸਪਤਾਲ ਚੱਲ ਰਿਹਾ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ, ਜਿਹਦੇ ਵਿੱਚ ਕੋਈ ਬਿਜ਼ਨਸ ਨਹੀਂ, ਕੇਵਲ ਤੇ ਕੇਵਲ ਕੇਵਲ ਤੇ ਕੇਵਲ ਭਲਾ, 20 ਰੁਪਿਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਤੇ ਨਾਲ ਇੱਕੋ ਛੱਤ ਥੱਲੇ ਸਾਰੇ ਇਲਾਜ ਲਾਗਤ ਮੁੱਲ ਨਾਲ ਹੁੰਦੇ, ਐਕਸਰੇ, ਅਲਟਰਾਸਾਊਂਡ, ਖੂਨ ਦੀ ਜਾਂਚ, ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਸਭ ਕੁਝ ਇੱਕੋ ਛੱਤ ਥੱਲੇ ਬਿਲਕੁਲ ਲਾਗਤ ਮੁੱਲ ਨਾਲ ਹੁੰਦਾ, ਸਭ ਨੂੰ ਪਤਾ। ਤੇ ਹਸਪਤਾਲ ਲਈ ਸਾਨੂੰ ਐਂਬੂਲੈਂਸ ਦੀ ਲੋੜ ਹੈ, ਕਿਉਂਕਿ ਕਈ ਵਾਰੀ ਮਰੀਜ਼ਾਂ ਨੂੰ ਲਿਆਉਣਾ ਪੈਂਦਾ, ਛੱਡਣਾ ਪੈਂਦਾ, ਉਹਦੇ ਲਈ ਬੜੀ ਜ਼ਰੂਰੀ ਸਾਨੂੰ ਐਂਬੂਲੈਂਸ ਚਾਹੀਦੀ ਹੈ। ਅੰਦਾਜ਼ਾ 10-11 ਲੱਖ ਦੇ ਕਰੀਬ ਕਰੀਬ ਉਹ ਐਂਬੂਲੈਂਸ ਬਣਨੀ ਹੈ। ਅਤੇ ਮੇਰੀ ਬੇਨਤੀ, ਜਿਹੜੇ ਤੁਸੀਂ ਲਾਈਵ ਸੁਣਦੇ ਹੋ, ਰੋਜ਼ ਜੁੜਦੇ ਹੋ, ਇਹ ਐਂਬੂਲੈਂਸ ਸਾਨੂੰ ਚਾਹੀਦੀ ਹੈ ਅਤੇ ਚਾਹੀਦੀ ਵੀ ਜਲਦੀ ਹੈ। ਅਤੇ ਮੈਂ ਸਭ ਨੂੰ ਬੇਨਤੀ ਕਰਦਾ, ਜਿਹੜੇ ਪ੍ਰੇਮੀ ਕੋਈ ਐਂਬੂਲੈਂਸ ਦੀ ਸੇਵਾ ਕਰ ਸਕਦੇ ਨੇ ਉਹ ਕਰ ਲਓ, ਜੇ ਨਹੀਂ ਕਰ ਸਕਦੇ, ਇੰਨੀ ਵਿੱਤ ਨਹੀਂ ਗੁਰੂ ਨੇ ਦਿੱਤੀ, ਭਾਵੇਂ ਇੱਕ ਕਿਣਕਾ ਕਿਣਕਾ, ਜਿਹੜਾ 10,000 ਸੇਵਾ ਪਾ ਸਕਦਾ ਉਹ ਪਾਵੇ, 5,000 ਵਾਲਾ 5,000 ਪਾਵੇ, ਲੱਖ ਵਾਲਾ ਲੱਖ ਪਾ ਦੇ, 50,000 ਵਾਲਾ 50,000 ਪਾ ਦੇ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ, ਰੁਪਈਏ ਵਾਲਾ ਰੁਪਈਆ ਪਾਵੇ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਇਹ ਐਂਬੂਲੈਂਸ ਦੀ ਸੇਵਾ ਦੇ ਵਿੱਚ। ਕਿਉਂਕਿ ਜਦੋਂ ਮਰੀਜ਼ਾਂ ਨੂੰ ਘਰੋਂ ਲਿਆਉਣਾ, ਉਹਨਾਂ ਨੂੰ ਘਰੋਂ ਛੱਡਣਾ, ਉਹ ਅਸੀਸਾਂ ਤੁਹਾਨੂੰ ਮਿਲਣੀਆਂ ਸਿੱਧੀਆਂ। ਇਹ ਵੀ ਭਲਾ ਹੈ ਮਹਾਰਾਜ ਜੀ ਦੀ ਮਿਹਰ ਨਾਲ ਕਿ ਕਿਸੇ ਰੋਗੀ ਨੂੰ ਰਾਹਤ ਮਿਲਣੀ, ਉਹਦੇ ਰੋਗ ਤੋਂ ਜਲਦੀ ਇਲਾਜ ਲਈ ਆਪਣੀ ਜਗ੍ਹਾ 'ਤੇ ਪਹੁੰਚੇ, ਰਾਹਤ ਮਿਲੇ, ਉਹ ਅਸੀਸਾਂ ਸਿੱਧੀਆਂ ਤੁਹਾਨੂੰ ਮਿਲਣੀਆਂ। ਅਤੇ ਦੂਜੀ ਬੇਨਤੀ, ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਹੜੀ ਰਸੋਈ ਚੱਲ ਰਹੀ ਹੈ 2500 ਤੋਂ ਵੱਧ ਪ੍ਰੇਮੀ ਰੋਜ਼ ਲੰਗਰ ਛਕਦੇ, ਅਤੇ ਇੱਕ ਤੁਹਾਨੂੰ ਪਤਾ ਸਭ ਨੂੰ ਗੱਡੀ ਬਣਾਈ ਹੋਈ ਹੈ ਗੁਰੂ ਬਾਬਾ ਨਾਨਕ ਜੀ ਦੀ, ਚੱਲਦੀ ਫਿਰਦੀ ਰਸੋਈ, ਉਹ ਗੱਡੀ ਹੁਣ ਕਾਫੀ ਵਿਰਧ ਹੋ ਗਈ, ਪੁਰਾਣੀ ਹੋ ਗਈ ਹੈ ਅਤੇ ਕਾਫੀ ਉਹਦੇ 'ਤੇ ਖਰਚਾ ਆ ਜਾਂਦਾ, ਪੈਸੇ ਖਾ ਰਹੀ ਹੈ ਗੱਡੀ, ਪੈਸੇ ਲੱਗਦੇ ਨੇ, ਕਦੀ ਕੋਈ ਨੁਕਸ ਕਦੀ ਕੋਈ ਨੁਕਸ, ਉਹ ਗੱਡੀ ਵੀ ਆਪਾਂ ਨਵੀਂ ਬਣਾਉਣੀ, ਉਹ ਵੀ 10-11 ਲੱਖ ਦਾ ਖਰਚਾ, ਇਹ ਟੋਟਲ 21-22 ਲੱਖ ਦਾ ਖਰਚਾ ਦੋਵੇਂ ਗੱਡੀਆਂ ਦਾ। ਅਤੇ ਇਸ ਗੱਡੀ ਦੇ ਰਾਹੀਂ ਜਦੋਂ ਲੋੜਵੰਦਾਂ ਦੇ ਲਈ ਪ੍ਰਸ਼ਾਦਾ ਜਾਇਆ ਕਰੇਗਾ, ਤਿਆਰ ਹੋ ਕੇ ਵੱਖ ਵੱਖ ਥਾਵਾਂ 'ਤੇ ਜਦੋਂ ਗਰੀਬ ਛਕਣਗੇ, ਲੋੜਵੰਦ ਛਕਣਗੇ, ਉਹਨਾਂ ਦੇ ਪੇਟ ਵਿੱਚ ਅੰਨ ਦਾ ਦਾਣਾ ਪਏਗਾ, ਉਹ ਬਰਕਤਾਂ ਤੁਹਾਨੂੰ ਪੈਣਗੀਆਂ ਜਿਹੜੇ ਇਹ ਗੱਡੀ ਦੇ ਵਿੱਚ ਹਿੱਸਾ ਪਾਓਗੇ। ਆਖੋ ਧੰਨ ਗੁਰੂ ਰਾਮਦਾਸ ਜੀ। ਹੁਣ ਕੋਈ ਸੋਚੇ ਮੈਂ 10-11 ਲੱਖ ਕਿੱਥੋਂ ਕੱਢ ਲਾਂਗਾ, ਜੇ ਤੁਸੀਂ 10-11 ਲੱਖ ਨਹੀਂ ਕੱਢ ਸਕਦੇ ਇਸ ਗੱਡੀ ਲਈ, ਜਿੰਨੀ ਗੁਰੂ ਨੇ ਵਿੱਤ ਦਿੱਤੀ ਹੈ, ਭਾਵੇਂ 1 ਰੁਪਈਆ ਹੈ, ਭਾਵੇਂ 1 ਲੱਖ ਹੈ, ਭਾਵੇਂ 10,000 ਕੱਢ ਸਕਦੇ, 5,000 ਕੱਢ ਸਕਦੇ, ਆਪਣਾ ਆਪਣਾ ਦਸਵੰਧ, ਜੋ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲਦੀਆਂ ਨੇ, ਸਕਰੀਨ ਸ਼ੋਟ ਲੈ ਲਓ, ਉਹ ਅਕਾਊਂਟਾਂ ਦੇ ਵਿੱਚ ਸੇਵਾ ਪਾ ਸਕਦੇ ਹੋ, ਕਿਊ ਆਰ ਕੋਡ ਵੀ ਚੱਲਦੇ ਨੇ, ਭਾਵੇਂ ਸਿੱਧਾ ਸਕੈਨ ਕਰਕੇ ਕਿਊ ਆਰ ਕੋਡ ਦੇ ਰਾਹੀਂ ਤੁਸੀਂ ਇਹ ਟਰੱਸਟ ਨੂੰ ਸੇਵਾ ਭੇਜ ਸਕਦੇ ਹੋ, ਆਪਣੀ ਸੇਵਾ ਸਾਨੂੰ ਤੁਸੀਂ ਫੋਨਪੇ, ਪੇਟੀਐਮ, ਗੂਗਲ ਪੇ ਵੀ ਕਰ ਸਕਦੇ ਹੋ। ਇਹ ਮੇਰੀ ਬੇਨਤੀ, ਉਹ ਵੀ ਨੰਬਰ ਤੁਹਾਡੇ ਟੀਵੀ ਸਕਰੀਨ 'ਤੇ ਚੱਲਦਾ, ਇਹ ਮੇਰੀ ਨਿਮਰਤਾ ਸਹਿਤ ਬੇਨਤੀ, 2 ਗੱਡੀਆਂ ਸਾਨੂੰ ਚਾਹੀਦੀਆਂ ਨੇ, 1 ਹਸਪਤਾਲ ਲਈ ਐਂਬੂਲੈਂਸ ਚਾਹੀਦੀ ਹੈ ਅਤੇ 1 ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ ਲਈ ਗੱਡੀ ਚਾਹੀਦੀ, ਅਤੇ ਉਹ ਵੀ ਸਿੱਧਾ ਭਲਾ। ਕਈ ਵਾਰੀ ਉਹਨਾਂ ਨੂੰ ਨਹੀਂ ਮਿਲਦਾ ਖਾਣ ਨੂੰ, ਹਫ਼ਤੇ 'ਚ 2 ਵਾਰੀ ਜਦੋਂ ਗੱਡੀ ਉਹ ਇਲਾਕੇ 'ਚ ਜਾ ਕੇ ਪਿਆਰੇ, ਇਹ ਗੱਡੀ ਨਾਲ ਹੀ ਸੇਵਾ ਹੁੰਦੀ ਹੈ, ਪ੍ਰਸ਼ਾਦਾ ਉਹਨਾਂ ਨੂੰ ਮਿਲਦਾ, ਜਿਹੜੇ ਕਈ ਦਿਨਾਂ ਤੋਂ ਭੁੱਖੇ, ਜਦੋਂ ਉਹਨਾਂ ਦੇ ਮੂੰਹ ਦੇ ਵਿੱਚ ਰੋਟੀ ਪਏਗੀ, ਬਰਕਤਾਂ ਕਿਹਨੂੰ ਪੈਣਗੀਆਂ, ਤੁਹਾਨੂੰ ਪੈਣਗੀਆਂ। ਔਰ ਮੈਂ ਗਰੰਟੀ ਨਾਲ ਕਹਿ ਰਿਹਾ, ਇਹੋ ਜਿਹੀ ਬਿੱਧ ਗੁਰੂ ਰਾਮਦਾਸ ਬਣਾ ਕੇ ਰੱਖਣਗੇ, ਤੁਹਾਡੇ ਘਰਾਂ ਘਰਾਂ ਦੇ ਵਿੱਚ ਸਦਾ ਸਦਾ ਇਹ ਚੁੱਲ੍ਹੇ ਬਲਦੇ ਰਹਿਣਗੇ, ਲੰਗਰਾਂ ਦੀ ਤੋਟ ਨਹੀਂ ਆਉਣੀ, ਅਤੇ ਤੁਹਾਡੇ ਬੱਚਿਆਂ ਦੀ ਰੋਜ਼ੀ ਰੋਟੀ ਦਾ ਪ੍ਰਬੰਧ ਬਾਪੂ ਦੀਪ ਸਿੰਘ ਨੇ, ਬਾਬਾ ਨਾਨਕ ਨੇ, ਬਾਬਾ ਗੁਰੂ ਰਾਮਦਾਸ ਨੇ ਆਪੇ ਕਰ ਦੇਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ, ਇਹ ਬਾਪੂ ਸਾਡਾ ਬੜਾ ਵੱਡਾ ਖੰਡੇ ਵਾਲਾ ਬਾਬਾ,
ਇਹ ਤੁਹਾਡੇ ਘਰਾਂ ਚ ਕਮੀਆਂ ਨਹੀਂ ਰਹਿਣੀਆਂ, ਇਹ ਦੋਵੇਂ ਸੇਵਾਵਾਂ ਦੇ ਵਿੱਚ ਆਪਣੀਆਂ ਜੋ ਸੇਵਾਵਾਂ ਪਾ ਕੇ ਹਿੱਸਾ ਪਾ ਕੇ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਤਿ ਸੰਗਤ ਜੀ, ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸਾਰੇ ਸੰਗਤ ਰੂਪੀ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਹਰ ਮਹੀਨੇ ਦੀ 27 ਤਰੀਕ ਨੂੰ ਅਸੀਂ ਬਾਬਾ ਦੀਪ ਸਿੰਘ ਜੀ ਦੇ ਆਗਮਨ ਦਿਨ ਦੇ ਸੰਬੰਧ ਦੇ ਵਿੱਚ ਦਾਤਾਬੰਦੀ ਸ਼ੋਰ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪਤਪ ਸਮਾਗਮ ਕਰਦੇ ਹਾਂ। ਇਸ ਵਾਰੀ ਵੀ ਇਹ ਚੁਪਹਿਰਾ ਜਪਤਪ ਸਮਾਗਮ 27 ਤਰੀਕ ਨੂੰ ਸਵੇਰੇ 10 ਵਜੇ ਤੋਂ ਸ਼ਾਮ ਨੂੰ 4 ਵਜੇ ਤੱਕ ਹੋ ਰਿਹਾ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਬੇਨਤੀ ਹੈ, ਦਸਾਂ 20-20 ਨੂੰ ਨਾਲ ਲੈ ਕੇ, ਕਿਉਂਕਿ ਇਹ ਸਭ ਨੂੰ ਪਤਾ ਹੈ ਕਿ ਬਾਬਾ ਦੀਪ ਸਿੰਘ ਜੀ ਪ੍ਰਤੱਖ ਰੂਪ 'ਚ ਬੈਠਦੇ ਨੇ, ਹਰੇਕ ਦੀਆਂ ਝੋਲੀਆਂ ਭਰਦੇ ਨੇ, ਹਰੇਕ ਦੀ ਅਰਦਾਸ ਨੂੰ ਸੁਣਦੇ ਨਹੀਂ ਮੰਨਦੇ ਨੇ। ਕਿੰਨੇ ਹੀ ਪਰਿਵਾਰਕ ਮੈਂਬਰ ਨੇ ਜਿਨ੍ਹਾਂ ਦੀਆਂ ਝੋਲੀਆਂ ਬਾਬਾ ਦੀਪ ਸਿੰਘ ਜੀ ਨੇ ਚੁਪਹਿਰਾ ਜਪਤਪ ਸਮਾਗਮ ਦੇ ਦੌਰਾਨ ਭਰੀਆਂ ਨੇ, ਅਤੇ ਸਭ ਨੂੰ ਮੈਂ ਬੇਨਤੀ ਕਰਦਾ ਦਸਾਂ 20-20 ਨੂੰ ਨਾਲ ਲੈ ਕੇ ਆਪ ਜੀਆਂ ਨੇ ਇਸ ਚੁਪਹਿਰਾ ਜਪਤਪ ਸਮਾਗਮ ਦੇ ਵਿੱਚ ਆ ਕੇ ਹਾਜ਼ਰੀਆਂ ਭਰਨੀਆਂ। ਔਰ ਜਿਹੜੀਆਂ ਸੰਗਤਾਂ ਤਰਨ ਤਾਰਨ ਸਾਹਿਬ ਵੱਲੋਂ ਆਉਣ ਵਾਲੀਆਂ ਨੇ ਜਾਂ ਅੰਮ੍ਰਿਤਸਰ ਸ਼ਹਿਰ ਤੋਂ ਆਉਣ ਵਾਲੀਆਂ ਨੇ, ਉੱਧਰਲੇ ਪਿੰਡਾਂ ਤੋਂ ਆਉਣ ਵਾਲੀਆਂ ਨੇ, ਉਹਨਾਂ ਦੇ ਚਰਨਾਂ ਵਿੱਚ ਬੇਨਤੀ 27 ਤਰੀਕ ਨੂੰ ਸਵੇਰੇ 8:30 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤੁਹਾਡੇ ਰਾਮ ਤੀਰਥ ਰੋਡ ਵਿਖੇ ਆਉਣ ਲਈ ਬੱਸਾਂ ਦਾ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ। ਇਹ ਗੱਡੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਉਣਗੀਆਂ ਔਰ ਵਾਪਸੀ ਛੱਡ ਵੀ ਦੇਣਗੀਆਂ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਭੁੱਲਿਓ ਨਾ 27 ਤਰੀਕ ਨੂੰ ਵਹੀਰਾਂ ਘੱਤ ਕੇ ਬਾਬਾ ਦੀਪ ਸਿੰਘ ਸਾਹਿਬ ਕੋਲੋਂ ਝੋਲੀਆਂ ਭਰਵਾਉਣ ਵਾਸਤੇ ਸਾਰੇ ਪਰਿਵਾਰਕ ਮੈਂਬਰਾਂ ਨੇ ਜੋ 10 ਵਜੇ ਤੋਂ ਪਹਿਲੇ, ਇਹ ਨਹੀਂ ਕਿ 10 ਵਜੇ ਚੁਪਹਿਰਾ ਹੁੰਦਾ ਤੁਸੀਂ 11 ਕੋਈ ਆਵੇ ਕੋਈ 12, ਨਹੀਂ, ਫਿਰ ਝੋਲੀਆਂ ਇੱਦਾਂ ਪਿਆਰਿਓ ਪੂਰੀਆਂ ਨਹੀਂ ਭਰਦੀਆਂ, ਪੂਰੇ ਚੁਪਹਿਰੇ ਵਿੱਚ ਹਾਜ਼ਰੀਆਂ ਭਰਨੀਆਂ। 9:30 ਵਜੇ ਠੀਕ ਤੁਸੀਂ ਰਾਮ ਤੀਰਥ ਰੋਡ ਪਹੁੰਚ ਜਾਣਾ, ਪ੍ਰਸ਼ਾਦਾ ਪਾਣੀ ਛੱਕ ਕੇ 10 ਵਜੇ ਚੌਂਕੜੇ ਮਾਰ ਕੇ ਬਹਿ ਜਾਣਾ ਔਰ ਵੇਖਿਓ ਕਿਵੇਂ ਬਾਬਾ ਦੀਪ ਸਿੰਘ ਜੀ ਤੁਹਾਡੇ 'ਤੇ ਬਖਸ਼ਿਸ਼ਾਂ ਦੇ ਖਾਤੇ ਖੋਲਣਗੇ। ਇਹ ਮੇਰੀ ਬੇਨਤੀ, ਇਹ ਮੈਸੇਜ ਨੂੰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਤਾਂ ਜੋ ਹੋਰ ਸੰਗਤ ਲਾਭ ਲੈ ਸਕੇ। ਇਹ ਸਾਰਾ ਸਮਾਗਮ ਸਾਡੇ ਯੂਟਿਊਬ ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਵੀ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਬੜੀ ਜ਼ਰੂਰੀ ਬੇਨਤੀ, ਇਹਨੂੰ ਧਿਆਨ ਨਾਲ ਸੁਣਿਓ ਔਰ ਅੱਗੇ ਸ਼ੇਅਰ ਵੀ ਕਰਿਓ ਅਤੇ ਇਸ ਚੀਜ਼ ਨੂੰ ਸਕਿੱਪ ਨਾ ਕਰਿਓ। ਬੜੀ ਜ਼ਰੂਰੀ ਬੇਨਤੀ ਹੈ, ਜਦੋਂ ਵੀ ਤੁਸੀਂ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ ਪਿਆਰਿਓ, ਜ਼ਰੂਰ ਇੱਕ ਵਾਰੀ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚਰਨ ਪਾ ਕੇ ਜਾਇਓ ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਦਿੱਤੇ ਹੋਏ ਦਸਵੰਧ ਦੇ ਨਾਲ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ 'ਚ 2 ਦਿਨ ਦੀ ਦਵਾਈ ਦਿੱਤੀ ਜਾਂਦੀ ਔਰ ਇੱਕੋ ਛੱਤ ਦੇ ਥੱਲੇ ਸਾਰੇ ਇਲਾਜ ਲਾਗਤ ਮੁੱਲ ਨਾਲ ਹੁੰਦੇ ਨੇ। ਤੁਹਾਨੂੰ ਨਾਲ ਨਾਲ ਦਿਖਾਇਆ ਜਾ ਰਿਹਾ ਕਿਵੇਂ ਇੱਥੇ ਅਲਟਰਾਸਾਊਂਡ, ਕਿਵੇਂ ਇੱਥੇ ਦੰਦਾਂ ਦੇ ਇਲਾਜ, ਫਿਜ਼ੀਓਥਰੈਪੀ, ਅੱਖਾਂ ਦੇ ਇਲਾਜ, ਹੋਰ ਵੀ ਸਾਰੇ ਇਲਾਜ ਇੱਕੋ ਛੱਤ ਥੱਲੇ ਹੁੰਦੇ ਨੇ ਬਿਲਕੁਲ ਲਾਗਤ ਮੁੱਲ ਨਾਲ। ਔਰ ਆ ਕੇ ਤੁਸੀਂ ਆਪਣੀਆਂ ਅੱਖਾਂ ਨਾਲ ਵੇਖੋ ਕਿਵੇਂ ਇੱਥੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੱਧ ਪ੍ਰੇਮੀਆਂ ਨੂੰ ਰੋਜ਼ ਪ੍ਰਸ਼ਾਦਾ ਮਿਲਦਾ।
ਆਪ ਵੀ ਪੇਟ ਭਰ ਕੇ ਛਕਦੇ ਨੇ, ਪਰਿਵਾਰ ਵੀ ਉਹਨਾਂ ਦੇ ਛਕਦੇ, ਔਰ ਅਸੀਸਾਂ ਕਿਹਨੂੰ ਦਿੰਦੇ ਨੇ? ਤੁਹਾਨੂੰ, ਜਿਹੜੇ ਤੁਸੀਂ ਦਾਨ ਕਰਦੇ ਹੋ, ਜਿਹੜੇ ਤੁਸੀਂ ਸੇਵਾ ਕਰਦੇ ਹੋ। ਇੱਥੇ ਹੀ ਬਜ਼ੁਰਗਾਂ ਦੇ ਲਈ ਰੋਜ਼ਾਨਾ ਟਿਫਨ ਵਿੱਚ 2 ਵੇਲੇ ਦਾ ਲੰਗਰ ਪੈਕ ਕਰਕੇ ਉਹਨਾਂ ਦੇ ਘਰਾਂ ਵਿੱਚ ਪਹੁੰਚਾਇਆ ਜਾਂਦਾ। ਔਰ ਭੁੱਲਿਓ ਨਾ, ਇਹ ਉਹੋ ਹੀ ਬਜ਼ੁਰਗ ਨੇ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਸਿਰ ਦੇ ਉੱਤੇ ਕੋਈ ਛੱਤ ਵੀ ਨਹੀਂ, ਘਰ ਦੇ ਵਿੱਚ ਹੋਰ ਕੋਈ ਰੋਜ਼ੀ ਰੋਟੀ ਦਾ ਸਾਧਨ ਵੀ ਨਹੀਂ। ਉਹਨਾਂ ਦੇ ਲਈ 2 ਵੇਲੇ ਦਾ ਲੰਗਰ ਟਿਫਨ ਵਿੱਚ ਪੈਕ ਕਰਕੇ ਰੋਜ਼ ਉਹਨਾਂ ਦੇ ਘਰਾਂ 'ਚ ਪਹੁੰਚਾਉਣ ਦੀ ਸੇਵਾ ਵੀ ਕੀਤੀ ਜਾਂਦੀ ਹੈ ਬਾਬਾ ਦੀਪ ਸਿੰਘ ਫਰੀ ਟਿਫਨ ਸੇਵਾ ਦੇ ਮਾਧਿਅਮ ਰਾਹੀਂ। ਔਰ ਇੱਥੇ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਵੱਖ ਵੱਖ ਥਾਵਾਂ 'ਤੇ ਲੰਗਰ ਪ੍ਰਸ਼ਾਦ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਮੇਰੀ ਸਭ ਨੂੰ ਬੇਨਤੀ ਹੈ, ਆਪ ਜੀ ਵੀ ਜੇ ਇਹਨਾਂ ਸੇਵਾਵਾਂ ਦਾ ਹਿੱਸਾ ਬਣਨਾ ਚਾਹੁੰਦੇ ਹੋ, ਆਪਣਾ ਯੋਗਦਾਨ ਤੁਸੀਂ ਜੋ ਤੁਹਾਡੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲ ਚੱਲ ਰਹੀ ਹੈ, ਇਹਨਾਂ ਅਕਾਊਂਟਾਂ ਦੇ ਵਿੱਚ ਆਪ ਜੀ ਆਪਣੀ ਸੇਵਾ ਪਾ ਕੇ, ਜੋ TV 'ਤੇ ਨੰਬਰ ਚੱਲ ਰਹੇ ਇਹਨਾਂ ਨੰਬਰਾਂ ਦੇ ਉੱਤੇ ਦੱਸਣ ਦੀ ਕਿਰਪਾਲਤਾ ਕਰਿਓ, ਤਾਂ ਜੋ ਤੁਹਾਨੂੰ ਰਸੀਦ ਔਰ ਸਤਿਕਾਰ ਵੀ ਭੇਜਿਆ ਜਾ ਸਕੇ। ਆਪਣੀ ਸੇਵਾ ਤੁਸੀਂ ਸਾਨੂੰ QR ਕੋਡ ਦੇ ਰਾਹੀਂ ਵੀ ਭੇਜ ਸਕਦੇ, ਉਹ ਵੀ ਤੁਹਾਡੇ TV ਸਕਰੀਨ ਦੇ ਉੱਤੇ ਚੱਲ ਰਿਹਾ। ਔਰ ਇਹ ਸੇਵਾ ਤੁਸੀਂ ਸਾਨੂੰ ਫੋਨਪੇ, ਗੂਗਲ ਪੇ ਨਾਲ ਪੇਟੀਐੱਮ ਵੀ ਕਰ ਸਕਦੇ ਹੋ, ਉਹ ਨੰਬਰ ਵੀ ਤੁਹਾਡੇ TV ਸਕਰੀਨ 'ਤੇ ਚੱਲ ਰਿਹਾ। ਹਰ ਪਲ, ਹਰ ਘੜੀ, ਹਰ ਸਮੇਂ ਤੁਹਾਡੀਆਂ ਅਸੀਸਾਂ ਨੂੰ ਅਸੀਂ ਲੋਚਦੇ ਹਾਂ। ਆਪਣੀਆਂ ਅਸੀਸਾਂ ਔਰ ਆਪਣੀ ਬਖਸ਼ਿਸ਼ ਸਾਡੇ ਸਾਰਿਆਂ ਦੇ ਉੱਤੇ ਪਿਆਰ ਦੇ ਵਿੱਚ ਤੁਸੀਂ ਬਣਾ ਕੇ ਰੱਖਿਓ ਜੀ। ਔਰ ਇਸ ਸੁਨੇਹੇ ਨੂੰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾਦਰ ਕਰੀਮ ਦੇ ਜੀਆਂ ਰਿਜਕ ਸਫਾ ਹੈ, ਸਾਈ ਕੌਰ ਕਮਾਵਣੀ ਤੁਰ ਛੋਟੀ ਤਿੰਨੇ ਪਾਏ, ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀਂ ਜਾਏ। ਸੋ ਕਰੇ ਜਿਤ ਸਿਰ ਜਾਏ ਸਾਜੀਆਂ ਆਪੇ ਪੂਰਨ ਤੇ, ਇੱਕ ਨੇ ਦੁੱਧ ਸਮਾਈ ਹੈ ਇੱਕ ਚੁੱਲੇ ਰਹਿਣ ਚਲੇ, ਇੱਕ ਨੇ ਹਾਲੀ ਪੈਸੇ ਮਨ ਇੱਕ ਉੱਪਰ ਰਹਿਣ ਖੜੇ, ਤਿੰਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ ਜੀ ਪ੍ਰਭ ਡੋਰੀ ਹੱਥ ਤੁਮਾਰੇ, ਪ੍ਰਭ ਡੋਰੀ ਹੱਥ ਤੁਮਾਰੇ, ਸਾਜੇ ਅਰੇ ਆਪ ਡੋਰੀ ਹੱਥ ਤੁਮਾਰੇ, ਆਪੇ ਸਾਜੇ ਅਰੇ
ਦਿਸ ਵਿੱਚ ਜੰਗਦੇ ਉਪਾਏ ਕੈ ਦੇਖੇ ਥਾਪੋ ਥਾਪ ਕਿਸ ਨੂੰ ਕਹੀਏ ਨਾਨਕ ਸਭ ਕਿਛ ਆਪੇ ਆਪ ਪ੍ਰਭ ਡੋਰੀ ਹੱਥ ਤੁਮਾਰੇ 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 ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਧੰਨ ਗੁਰੂ ਰਾਮਦਾਸ ਜੀ ਬਿਨ ਪਾਕਾ ਕਿਆ ਪਾਈਏ ਗੁਰਮੁਖ ਗਿਆਨ ਡੋਰੀ ਪ੍ਰਭ ਪਕੜੀ ਗੁਰਮੁਖ ਗਿਆਨ ਡੋਰੀ ਪ੍ਰਭ ਪਕੜੀ ਜਿਨ ਖਿੰਚੇ ਤਿਨ ਜਾਈਏ ਜਿਨ ਖਿੰਚੇ ਤਿਨ ਜਾਈਏ ਪ੍ਰਭ ਡੋਰੀ ਹੱਥ ਤੁਮਾਰੇ ਪ੍ਰਭ ਡੋਰੀ ਹੱਥ ਤੁਮਾਰੇ ਆਪੇ ਪੱਟੀ ਕਲਮ ਆਪ ਉੱਪਰ ਲੇਖ ਪੈ ਤੂੰ ਇੱਕੋ ਕਹੀਏ ਨਾਨਕ ਦੂਜਾ ਕਾਹੇ ਕੋ ਪ੍ਰਭ ਡੋਰੀ ਹੱਥ ਤੁਮਾਰੇ ਪ੍ਰਭ ਡੋਰੀ ਹੱਥ ਤੁਮਾਰੇ ਪ੍ਰਭ ਡੋਰੀ ਹੱਥ ਤੁਮਾਰੇ ਪ੍ਰਭ ਡੋਰੀ ਹੱਥ ਤੁਮਾਰੇ ਆਪੇ ਪੱਟੀ ਕਲਮ ਆਪ ਆਪ ਲਿਖਣ ਹਾਰਾ ਹੋਆ ਆਪੇ ਪੱਟੀ ਕਲਮ ਆਪ ਆਪ ਲਿਖਣ ਹਾਰਾ ਹੋਆ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਆਪੇ ਪੱਟੀ ਕਲਮ ਆਪ ਆਪ ਲਿਖਣ ਹਾਰਾ ਹੋਆ ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾਨ ਰੋਆ ਪ੍ਰਭ ਡੋਰੀ ਹੱਥ ਤੁਮਾਰੇ ਜੀ ਪ੍ਰਭ ਡੋਰੀ ਹੱਥ ਤੁਮਾਰੇ
Baba Deep Singh Ji, 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 Baba Deep Singh Ji,
ਬਾਬਾ ਦੀਪ ਸਿੰਘ ਜੀ, 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 ਬਾਬਾ ਦੀਪ ਗੁਰੂ ਵਾਹਿਗੁਰੂ 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 ਵਾਹਿ ਮਾਰੋ ਵਜਾ ਗੁਰੂ ਵਾਹਿਗੁਰੂ 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 ਵਾਹਿਗੁਰੂ
ਕਿਰਪਾ ਦਾ ਖਾਤਾ ਖੋਲੋ, ਬਖਸ਼ੀਸ਼ ਦਾ ਖਾਤਾ ਖੋਲੋ। ਮੈਂ ਗਰੀਬ ਦੇ ਪੁੱਠੇ ਕਰਮਾਂ ਨੂੰ ਵੀ ਅੱਜ ਸਿੱਧੀਆਂ ਕਰ ਦਿਓ। ਜਿਹੜੀ ਕੋਈ ਦੌਤ ਮੇਰੇ ਭਾਗਾਂ ਚ ਨਹੀਂ ਵੀ ਲਿਖੀ ਹੋਈ, ਨਾ ਲਿਖਣ ਵਾਲੇ ਤੁਸੀਂ ਹੋ। ਤੁਸੀਂ ਕਿਰਪਾ ਦਾ ਖਾਤਾ ਖੋਲ ਕੇ ਲਿਖ ਦਿਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ।
ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ, ਪਿਓਰ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। ਇਹ ਸ਼ਬਦ ਜਿਹੜਾ ਆਪਾਂ ਪੜ੍ਹਿਆ ਹੈ, ਇਹਦੀਆਂ ਰਹਾਉ ਵਾਲੀਆਂ ਪੰਕਤੀਆਂ ਨੇ ਪੜ੍ਹਿਓ। ਮੇਰਾ ਮਾਤ ਪਿਤਾ, ਮੇਰਾ ਮਾਤ ਪਿਤਾ ਹਰ ਰਾਇਆ ਕਰ ਕਿਰਪਾ ਪ੍ਰਤ ਪਾਲਨ ਲਗਾ ਕਰੀ ਤੇਰਾ ਕਰਾਇਆ। ਗੁਰੂ ਅਰਜਨ ਦੇ ਪਾਤਸ਼ਾਹ ਜੀ ਦੀ ਭਾਵਨਾ ਵੇਖੋ, ਆਪਣੇ ਗੁਰੂ ਪਿਤਾ ਦੇ ਉੱਤੇ, ਪਰਮੇਸ਼ਰ ਪਿਤਾ ਦੇ ਉੱਤੇ, ਆਪਣੇ ਰੱਬ ਗੁਰੂ ਰਾਮਦਾਸ ਉੱਤੇ ਕਹਿੰਦੇ, ਤੂੰ ਹੀ ਮੇਰੀ ਮਾਂ ਹੈ, ਤੂੰ ਹੀ ਮੇਰਾ ਬਾਪ ਹੈ, ਹੇ ਪ੍ਰਭੂ ਪਾਤਸ਼ਾਹ, ਹੇ ਗੁਰੂ ਰਾਮਦਾਸ ਸਾਈ, ਤੂੰ ਹੀ ਮੇਰੀ ਮਾਂ, ਤੂੰ ਹੀ ਮੇਰਾ ਬਾਪ। ਵੇਖੋ ਜਦੋਂ ਇਹ ਸਾਡੀ ਭਾਵਨਾ ਬਣ ਜਾਏਗੀ ਨਾ ਕਿ ਮਾਂ ਬਾਪ ਮੇਰਾ ਗੁਰੂ ਰਾਮਦਾਸ ਹੈ, ਮੇਰੇ ਸਾਰੇ ਨਾਤੇ, ਮੇਰੇ ਸਾਰੇ ਰਿਸ਼ਤੇ ਗੁਰੂ ਰਾਮਦਾਸ ਨਾਲ ਨੇ, ਤੇ ਮੇਰੀ ਪ੍ਰਤਪਾਲਣਾ ਕਰਨ ਵਾਲੇ ਵੀ ਉਹੋ ਹੀ ਨੇ, ਮੈਨੂੰ ਦਾਤਾਂ ਦੇਣ ਵਾਲੇ, ਮੈਨੂੰ ਰਿਜਕ ਦੇਣ ਵਾਲੇ, ਮੇਰੇ ਅੰਗ ਸੰਗ ਹੋ ਕੇ ਵਰਤਣ ਵਾਲੇ ਵੀ ਉਹ ਨੇ, ਤੇ ਜੋ ਕੁਝ ਉਹ ਕਰ ਰਹੇ ਨੇ ਮੇਰੇ ਭਲੇ ਲਈ ਕਰ ਰਹੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਫਿਰ ਜ਼ਿੰਦਗੀ ਦੇ ਵਿੱਚ ਕੋਈ ਸ਼ਿਕਵੇ ਦੀ, ਕੋਈ ਗਿਲੇ ਦੀ ਜਗ੍ਹਾ ਰਹਿ ਨਹੀਂ ਜਾਏਗੀ। ਤੁਸੀਂ ਸਿਆਣੇ ਹੋ, ਸਾਡੇ ਛੋਟੇ ਬੱਚੇ ਨੇ, ਬੱਚਾ ਜਿੰਨੀਆਂ ਮਰਜ਼ੀ ਸ਼ੈਤਾਨੀਆਂ ਕਰੇ, ਜਿੰਨਾ ਮਰਜ਼ੀ ਸ਼ਰਾਰਤੀ ਹੋਵੇ, ਦੱਸੋ ਕਦੀ ਮਾਂ ਬਾਪ ਬੱਚੇ ਦਾ ਬੁਰਾ ਕਰਨਗੇ? ਦੱਸੋ, ਕਦੀ ਨਹੀਂ ਕਰ ਸਕਦੇ। ਇੱਥੋਂ ਤੱਕ ਕਈ ਵਾਰੀ ਬੱਚੇ ਵੱਡੇ ਹੋ ਕੇ ਵੀ ਮਾਂ ਨੂੰ ਦੁਖੀ ਕਰਦੇ ਨੇ, ਪਿਓ ਨੂੰ ਦੁਖੀ ਕਰਦੇ ਨੇ, ਪਰ ਫਿਰ ਉਹ ਮਾਂ ਉਹ ਬਾਪ ਆਪਣੇ ਬੱਚੇ ਦੀ ਚੜ੍ਹਦੀ ਕਲਾ ਦੀਆਂ ਅਰਦਾਸਾਂ ਕਰਦੇ। ਆਖੋ ਧੰਨ ਗੁਰੂ ਰਾਮਦਾਸ ਜੀ। ਉਹ ਪੁੱਤਰਾ, ਤੂੰ ਭਾਵੇਂ ਮੈਨੂੰ ਦੁੱਖ ਦੇ ਰਿਹਾ, ਮੈਂ ਤੇਰੀ ਮਾਂ ਵਾਂ, ਪਰ ਮੈਂ ਅਰਦਾਸ ਕਰਦੀ ਤੇਰੇ ਘਰ ਵਿੱਚ ਇਹੋ ਜਿਹੀ ਔਲਾਦ ਨਾ ਆਵੇ ਜਿਹੜੀ ਤੈਨੂੰ ਦੁਖੀ ਕਰੇ। ਹਾਂਜੀ, ਮਾਂ ਫਿਰ ਉਹੀ ਅਸੀਸਾਂ ਦਿੰਦੀ, ਪਿਓ ਫਿਰ ਉਹੀ ਅਸੀਸਾਂ ਦਿੰਦਾ। ਜਿਵੇਂ ਅਸੀਂ ਆਪਣੇ ਬੱਚਿਆਂ ਦਾ ਕਦੀ ਵੀ ਬੁਰਾ ਨਹੀਂ ਕਰਦੇ, ਤੇ ਉਹ ਬਾਪੂ ਸਾਡਾ ਬੁਰਾ ਕਰੇਗਾ? ਦੱਸੋ, ਬਾਬਾ ਦੀਪ ਸਿੰਘ ਬੁਰਾ ਕਰੇਗਾ? ਗੁਰੂ ਰਾਮਦਾਸ ਕਦੀ ਸਾਡਾ ਬੁਰਾ ਕਰੇਗਾ? ਉਹ ਸਾਡੀ ਮਾਂ ਹੈ, ਉਹ ਸਾਡਾ ਬਾਪ, ਪ੍ਰਤਪਾਲਣਾ ਕਰਨ ਵਾਲੇ ਵੀ ਉਹ ਹੀ, ਸਭ ਕੁਝ ਕਰਨ ਕਰਾਉਣ ਵਾਲੇ ਵੀ ਉਹ ਹੀ ਨੇ। ਬਸ ਇਹ ਚੀਜ਼ ਨੂੰ ਸਮਝਣ ਦੀ ਲੋੜ ਹੈ, ਸਮਝਣ ਦੀ। ਕਰ ਕਰਾ ਤੇ ਉਹ ਹੀ ਰਹੇ ਨੇ। ਸੱਚੀ ਗੱਲ ਹੈ, ਮੈਂ ਕੀਰਤਨ ਕਰਦਾ, ਮੇਰੇ ਕੋਲੋਂ ਕਰਾਉਣ ਵਾਲੇ ਵੀ ਉਹ ਨੇ। ਤੁਸੀਂ ਸੁਣਨ ਆਉਂਦੇ ਹੋ, ਤੁਹਾਡੇ ਵਿੱਚ ਬਹਿ ਕੇ ਸੁਣਨ ਵਾਲੇ ਵੀ ਉਹ ਨੇ। ਕੋਈ ਕਿਸੇ ਨੂੰ ਨਹੀਂ ਸੁਣਦਾ, ਕੋਈ ਕਿਸੇ ਦੇ ਬੋਲ ਸੁਣ ਕੇ ਮੰਨ ਕੇ ਰਾਜੀ ਨਹੀਂ ਹੁੰਦਾ। ਮੰਨਣ ਵਾਲੇ ਵੀ ਉਹ ਨੇ, ਮਨਾਉਣ ਵਾਲੇ ਵੀ ਉਹ ਨੇ, ਬੋਲਣ ਵਾਲੇ ਵੀ ਤੇ ਬੁਲਾਉਣ ਵਾਲੇ ਵੀ ਉਹ ਹੀ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਹਰ ਕੰਮ ਕਰਨ ਵਾਲੇ ਉਹ ਨੇ। ਬਸ ਇਹ ਚੀਜ਼ ਨੂੰ ਮੰਨਣ ਦੀ ਲੋੜ ਹੈ, ਮੰਨਣ ਦੀ। ਤੇ ਜਦੋਂ ਇਹ ਚੀਜ਼ ਨੂੰ ਮੰਨਾਂਗੇ, ਮੰਨਣ ਭਗਤੀ ਕਰਾਂਗੇ, ਤੇ ਫਿਰ ਪਿਆਰਿਓ ਇੱਕ ਗੱਲ ਦਾ ਸਾਨੂੰ ਚਾਨਣਾ ਹੋ ਜਾਏਗਾ। ਉਹ ਪਤਾ ਕਿਹੜੀ ਗੱਲ ਦਾ? ਜੇ ਉਹ ਮੇਰੀ ਮਾਂ ਹੈ, ਜੇ ਉਹ ਮੇਰਾ ਬਾਪ ਹੈ, ਕਰਨ ਕਰਾਉਣ ਵਾਲਾ ਉਹ ਹੈ, ਤੇ ਫਿਰ ਉਹ ਭੁੱਲ ਕੇ ਵੀ, ਉਹ ਭੁੱਲਦਾ ਹੈ ਨਹੀਂ, ਪ੍ਰੇਮ ਦੇ ਬੋਲ ਬੋਲਨੇ ਆ, ਉਹ ਕਦੀ ਵੀ ਭੁੱਲ ਕੇ ਵੀ ਪਿਆਰਿਓ ਸਾਨੂੰ ਦੁਖੀ ਨਹੀਂ ਕਰ ਸਕਦਾ। ਦੁੱਖ ਜੇ ਆਉਂਦੇ ਨੇ, ਦੋਸ਼ ਕਰਮ ਆਪਣੇ ਆਪਣੇ ਕਰਮਾਂ ਕਰਕੇ। ਤੇ ਵੱਡਾ ਏਡਾ ਦਾਤਾ ਉਹ, ਜੇ ਕਰਮਾਂ ਕਰਕੇ ਕੋਈ ਦੁੱਖ ਆ ਵੀ ਜਾਂਦਾ ਨਾ, ਤੂੰ ਨੇਮ ਵਧਾ ਕੇ ਉਹਦੇ ਅੱਗੇ ਤਰਲੇ ਪਾਉਣਾ,
ਡੋਰੀ ਉਹਦੇ ਹੱਥ ਵਿੱਚ, ਕਲਮ ਉਹਦੇ ਹੱਥ ਵਿੱਚ, ਤੇਰੇ ਵੱਡੇ ਤੋਂ ਵੱਡੇ ਦੁੱਖ ਨੂੰ ਸੂਲੀ ਦਾ ਕੰਡਾ ਬਣਾ ਕੇ ਕੱਟ ਦਿੰਦਾ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਪਿਓਰ ਲੱਖੋ ਨੇ ਜੀ ਧੰਨ ਬਾਬਾ। ਜਦੋਂ ਇਹੋ ਜੀ ਪ੍ਰੇਮਾ ਭਗਤੀ ਚ ਆਵਾਂਗੇ ਕਿ ਮੇਰਾ ਮਾਤ ਪਿਤਾ ਹਰ ਰਾਇਆ, ਕਰ ਕਿਰਪਾ ਪ੍ਰਤ ਪਾਲਣ ਲਾਗਾ ਕਰੀ ਤੇਰਾ ਕਰਾਇਆ, ਤੇ ਫਿਰ ਇਹ ਆਟੋਮੈਟਿਕ ਸਾਨੂੰ ਅਵਸਥਾ ਮਿਲਣੀ ਸ਼ੁਰੂ ਹੋ ਜਾਏਗੀ। ਕਿਹੜੀ ਅਵਸਥਾ ਪੜਿਓ ਸ਼ੁਰੂਆਤ। ਸੋਈ ਕਰਾਏ ਜੋ ਤੁਧ ਭਾਵੈ, ਮੋਹੇ ਸਿਆਨਪ ਕਛੂ ਨਾ ਆਵੈ। ਜਦੋਂ ਬੰਦਾ ਇਹ ਮੰਨ ਲਵੇ ਉਹ ਮੇਰੀ ਮਾਂ ਏ, ਉਹ ਮੇਰਾ ਪਿਓ ਏ, ਮੇਰੇ ਸਾਰੇ ਰਿਸ਼ਤੇ ਨਾਤੇ ਉਹਦੇ ਨਾਲ, ਕਰਨ ਕਰਾਉਣ ਵਾਲਾ ਵੀ ਉਹ, ਜਦੋਂ ਏਦਾਂ ਆਪਣੇ ਆਪ ਨੂੰ ਸਰੈਂਡਰ ਕਰ ਦੇਵੇ ਬੰਦਾ, ਸਰੈਂਡਰ ਸਰੈਂਡਰ ਆਤਮ ਸਮਰਪਣ ਕਰ ਦੇਵੇ। ਇੱਕ ਹੁੰਦਾ ਅਰਪਣ, ਅਰਪਣ ਕਰਨਾ ਕੀ ਹੁੰਦਾ, ਉਹਨੇ ਤੁਹਾਨੂੰ ਧਨ ਦਿੱਤਾ, ਤੁਸੀਂ ਉਹ ਧਨ ਦੇ ਨਾਲ ਕਿਤੇ ਦਾਨ ਪੁੰਨ ਕਰ ਦਿੱਤਾ, ਅਰਪਣ ਕਰਨਾ। ਕਿਸੇ ਲੋੜਵੰਦ ਦੀ ਬਾਂਹ ਫੜ ਲਈ, ਉਸ ਮਾਇਆ ਚੋਂ ਅਰਪਣ ਕਰ ਦਿੱਤਾ। ਅਰਪਣ ਕਰਨ ਵਾਲਾ ਕਦੀ ਮਾਣ ਨਾ ਕਰੇ ਕਿ ਮੈਂ ਇੰਨੀ ਚੀਜ਼ ਅਰਪਣ ਕਰ ਰਿਹਾ, ਇੰਨੀ ਗੱਲ ਰੱਖੇ ਦਾਤਿਆ, ਜੇ ਮੰਗਦਿਆਂ ਦੀ ਲਾਈਨ 'ਚ ਮੈਨੂੰ ਰੱਖ ਦਊ ਤੇ ਮੈਂ ਕਿੱਥੋਂ ਅਰਪਣ ਕਰ ਲੈਂਦਾ। ਆਖੋ ਧੰਨ ਗੁਰੂ ਰਾਮਦਾਸ ਜੀ। ਇੱਕ ਹੈ ਅਰਪਣ ਕਰਨਾ, ਉਹਦੀਆਂ ਦਾਤਾਂ ਵਿੱਚੋਂ ਕੋਈ ਚੀਜ਼ ਅੱਗੇ ਬਣਦੀ ਉਹ ਅਰਪਣ ਕਰਤਾ। ਇੱਕ ਹੁੰਦਾ ਸਮਰਪਣ, ਸਮਰਪਣ ਕੀ, ਤਨ ਮਨ ਧਨ ਸਭ ਸੌਂਪ ਗੁਰ ਕੋ, ਇਹ ਹੈ ਸਮਰਪਣ। ਤਨ ਵੀ ਤੇਰਾ, ਧਨ ਵੀ ਤੇਰਾ ਹੈ ਜੀ, ਮਨ ਵੀ ਤੇਰਾ, ਸਭ ਕੁਝ ਤੇਰਾ, ਸਭ ਕੁਝ। ਇਹ ਤਨ ਨੂੰ ਜਿਵੇਂ ਇਸਤੇਮਾਲ ਕਰਨਾ ਕਰ ਲੈ, ਪੰਚ ਦੇ ਲੇਖੇ ਲਵਾਉਣਾ ਹੀ ਲਵਾ ਲੈ, ਤੇਰਾ ਤਨ ਹੈ ਜੀ। ਜੇ ਤਨ ਤੇਰਾ, ਮਨ ਵੀ ਤੇਰਾ, ਆਖੋ ਧੰਨ ਗੁਰੂ ਰਾਮਦਾਸ ਜੀ। ਫਿਰ ਜਦੋਂ ਅਸੀਂ ਕਵਾਂਗੇ ਨਾ ਮਨ ਵੀ ਤੇਰਾ, ਫਿਰ ਮਨ ਮਰਜ਼ੀਆਂ ਤੇ ਛੱਡਣੀਆਂ ਪੈਣੀਆਂ ਨੇ, ਫਿਰ ਤੇ ਮਨ ਨਾਲ ਉਹ ਕੰਮ ਕਰਨੇ ਜਿਹੜੇ ਉਹਦੇ ਮਨ ਨੂੰ ਚੰਗੇ ਲੱਗਦੇ ਨੇ, ਉਹਦੇ ਮਨ ਨੂੰ ਜਿਹੜੀਆਂ ਚੀਜ਼ਾਂ ਉਹਨੂੰ ਚੰਗੀਆਂ ਲੱਗਦੀਆਂ ਫਿਰ ਤੇ ਉਹ ਕੰਮ ਕਰਾਂਗੇ। ਤਨ ਵੀ ਤੇਰਾ, ਮਨ ਵੀ ਤੇਰਾ ਤੇ ਧਨ। ਜੇ ਇਹ ਤਨ ਮੈਂ ਧਾਰਨ ਕੀਤਾ, ਕੋਈ ਮਿਹਨਤ ਮਜ਼ਦੂਰੀ ਕੀਤੀ, ਬਿਜ਼ਨਸ ਕੀਤਾ, ਕੋਈ ਕਿਰਤ ਕਮਾਈ ਕਰਕੇ ਧਨ ਲਿਆਂਦਾ, ਤਨ ਤੇਰਾ ਸੀ ਤਾਂ ਹੀ ਧਨ ਆਇਆ ਨਾ, ਤੇ ਹੁਣ ਧਨ ਵੀ ਤੇ ਤੇਰਾ ਹੀ ਹੋ ਗਿਆ ਨਾ। ਆਖੋ ਧੰਨ ਗੁਰੂ ਰਾਮਦਾਸ ਜੀ। ਇਹ ਹੁੰਦੀ ਹੈ ਭਾਵਨਾ, ਸਮਰਪਣ ਭਾਵਨਾ, ਅਰਪਣ, ਫਿਰ ਆ ਗਿਆ ਸਮਰਪਣ। ਤਨ ਮਨ ਸਭ ਸੌਂਪ, ਤਨ ਮਨ ਧਨ ਸਭ ਸੌਂਪ ਗੁਰ ਕੋ, ਤੇ ਇੱਕ ਹੁੰਦਾ ਆਤਮ ਸਮਰਪਣ। ਆਤਮ ਸਮਰਪਣ ਕੀ, ਹੁਕਮ ਮੰਨੀਏ ਪਾਈਏ। ਆਖੋ ਧੰਨ ਗੁਰੂ ਰਾਮਦਾਸ ਜੀ। ਜੋ ਹੁਕਮ ਕਰ ਦਿੱਤਾ ਮੌਲਕ ਨੇ, ਮਹਾਂਪੁਰਸ਼ਾਂ ਨੇ, ਕਮਾਈ ਵਾਲਿਆਂ ਨੇ, ਬਸ ਉਹਨੂੰ ਮੰਨਣਾ, ਇਹ ਹੋ ਗਿਆ ਆਤਮ ਸਮਰਪਣ। ਆਪਣੀਆਂ ਮਰਜ਼ੀਆਂ ਹੈ ਹੀ ਕੋਈ ਨਹੀਂ, ਦਰ ਖੜਾ ਸੇਵਾ ਕਰੇ। ਜੇ ਕਹਿ ਪਾਏ ਕੰਮ ਕਰਨਾ ਤੇ ਅੱਗੋਂ ਕਿੰਤੂ ਪਰੰਤੂ ਨਹੀਂ ਜੀ, ਇਹ ਕਿਵੇਂ ਹੋ ਸਕਦਾ, ਇਹ ਕਿੱਦਾਂ ਹੋਏਗਾ, ਇਹ ਕਿਵੇਂ, ਨਹੀਂ ਨਹੀਂ ਨਹੀਂ, ਕਿੰਤੂ ਪਰੰਤੂ ਤੇ ਹੁਣ ਮੁਕਾਉਣੀ ਪੈਣੀ। ਆਤਮ ਸਮਰਪਣ ਜੇ ਕਰ ਲਿਆ ਨਾ, ਹੁਕਮ ਮੰਨੀਏ ਪਾਈਏ, ਫਿਰ ਤੇ ਹੁਕਮ ਨੂੰ ਵਜਾ। ਜੇ ਗੁਰੂ ਨਾਨਕ ਨੇ ਭਾਈ ਲੈਣੇ ਨੂੰ ਕਿਹਾ ਨਾ, ਦਰਖਤ ਝਾੜ ਮਠਿਆਈਆਂ ਡਿੱਗਣ ਗਈਆਂ, ਬੜੇ ਹੱਸੇ ਸੀ ਉਦੋਂ, ਦਰਖਤਾਂ ਤੋਂ ਵੀ ਮਠਿਆਈਆਂ ਕਿਤੇ ਡਿੱਗਦੀਆਂ, ਬੜਿਆਂ ਨੇ ਟੋਕਿਆ ਵੀ ਲੈਣੇ ਆ ਕੀ ਕਰਨ ਲੱਗਾ, ਦਰਖਤ ਲਾਉਣ ਲੱਗਾ ਮਠਿਆਈਆਂ, ਇਹ ਕਿੱਥੋਂ ਡਿੱਗ ਪੈਣੀਆਂ। ਤੇ ਭਾਈ ਲੈਣਾ ਜੀ, ਜਿਨ੍ਹਾਂ ਨੇ ਆਤਮ ਸਮਰਪਣ ਕੀਤਾ ਸੀ, ਕਹਿੰਦੇ ਗੁਰੂ ਨਾਨਕ ਨੇ ਹੁਕਮ ਕੀਤਾ ਦਰਖਤ ਝਾੜ
ਦਰਖਤ ਹਿਲਾਉਣਾ ਮੇਰਾ ਕੰਮ, ਮਠਿਆਈਆਂ ਡਿੱਗਣੀਆਂ ਨਾ ਡਿੱਗਣੀਆਂ ਤੇ ਗੁਰੂ ਨਾਨਕ ਦੀ ਮੌਜ। ਮੈਂ ਤੇ ਹੁਕਮ ਮੰਨਣਾ ਆ ਖੁਦ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਲੱਖ ਨੇ ਜੀ ਧੰਨ ਬਾਬਾ। ਜਿਹੜੇ ਇਹਨਾਂ ਆਤਮ ਸਮਰਪਣ ਕਰਦੇ ਆ ਨਾ, ਹੁਕਮ ਮੰਨਦੇ ਨੇ, ਹੁਕਮ ਮੰਨੀਏ ਪਾਈਏ, ਫਿਰ ਉਹ ਪਰਮੇਸ਼ਰ ਦੀ ਪ੍ਰਾਪਤੀ ਕਰ ਲੈਂਦੇ। ਸੱਚੀ ਗੱਲ ਏ, ਹੁਕਮ ਮੰਨਣ ਵਾਲੇ ਹੁਕਮੀ ਬੰਦੇ ਉਸ ਪਰਮੇਸ਼ਰ ਦਾ ਰੂਪ ਹੀ ਬਣ ਜਾਂਦੇ ਨੇ, ਰੂਪ ਹੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਪਿਆਰ ਨਾਲ ਲੱਖ ਨੇ ਜੀ ਧੰਨ ਬਾਬਾ, ਫਿਰ ਆਖੋ ਧੰਨ ਬਾਬਾ, ਧੰਨ ਬਾਬਾ, ਫਿਰ ਆਖੋ ਨੇ ਜੀ ਧੰਨ ਬਾਬਾ। ਬੜਾ ਪਿਆਰਾ ਨਾਮ, ਆਖੋ ਧੰਨ ਬਾਬਾ, ਫਿਰ ਹੁਕਮ ਮੰਨਣ ਵਾਲੇ ਉਹਦਾ ਰੂਪ ਬਣ ਜਾਂਦੇ। ਬਾਪੂ ਖੰਡੇ ਵਾਲਾ ਬਣ ਗਿਆ ਨਾ, ਉਹਦਾ ਰੂਪ ਬਣ ਗਿਆ ਨਾ, ਕੋਈ ਫਰਕ ਹੈ ਹੀ ਨਹੀਂ, ਹੈ ਹੀ ਨਹੀਂ ਫਰਕ। ਬ੍ਰਹਮ ਗਿਆਨੀ ਕੋ ਖੋਜੇ ਮਹੇਸਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਆਤਮ ਸਮਰਪਣ ਜਿਨ੍ਹਾਂ ਨੇ ਕਰ ਦਿੱਤਾ, ਆਤਮ ਸਮਰਪਣ, ਆਤਮ ਸਮਰਪਣ ਕਰਨ ਵਾਲੇ ਪਿਆਰਿਓ ਅਮਰੂ ਨਿਥਾਵੇਂ ਤੋਂ ਗੁਰੂ ਅਮਰਦਾਸ ਬਣ ਜਾਂਦੇ ਨੇ। ਜਿਨ੍ਹਾਂ ਨੇ ਆਤਮ ਸਮਰਪਣ ਕਰ ਦਿੱਤਾ, ਅਨਾਥ ਭਾਈ ਜੇਠਾ ਕੋਈ ਪੁੱਛ ਕੇ ਰਾਜੀ ਨਹੀਂ। ਲੋਕ ਮਜ਼ਾਕ ਕਰਦੇ ਨੇ ਇਹਦਾ ਬਣੇਗਾ ਕੀ, ਪਰ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਅੱਗੇ ਆਤਮ ਸਮਰਪਣ ਕਰਦੇ ਨੇ, ਭਾਈ ਜੇਠਾ ਨਹੀਂ ਰਹਿ ਜਾਂਦੇ, ਗੁਰੂ ਰਾਮਦਾਸ ਬਣ ਜਾਂਦੇ ਨੇ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ। ਲੋਕੀ ਮਜ਼ਾਕ ਕਰਦੇ ਸੀ, ਇਹਦੇ ਕੋਲ ਪਾਉਣ ਨੂੰ ਕੱਪੜੇ ਨਹੀਂ, ਤੇ ਉਹ ਹੀ ਲੋਕਾਂ ਨੇ ਫਿਰ ਵੇਖਿਆ ਸਮਾਂ ਆਉਣ ਤੇ, ਇਹ ਤੇ ਬਹਿ ਗਏ ਨੇ ਗੱਦੀ ਦੇ ਉੱਤੇ, ਕਿੰਨੀਆਂ ਕਿੰਨੀਆਂ ਕੀਮਤੀ ਪੋਸ਼ਾਕਾਂ ਵੀ ਚਰਨਾਂ 'ਚ ਥਾਂ ਮੰਗਦੀਆਂ ਨੇ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਆਤਮ ਸਮਰਪਣ ਕਰਨ ਵਾਲੇ ਪਿਆਰਿਓ ਉਹ ਫਿਰ ਪਰਮੇਸ਼ਰ ਦਾ ਰੂਪ ਬਣ ਜਾਂਦੇ ਨੇ। ਜਦੋਂ ਅਸੀਂ ਮੌਲਕ ਦੇ ਚਰਨਾਂ ਦੇ ਨਾਲ ਇਹੋ ਜਿਹੀ ਪ੍ਰੀਤੀ ਕਰਾਂਗੇ, ਇਹੋ ਜਿਹਾ ਪਿਆਰ ਪਾਵਾਂਗੇ ਕਿ ਮਹਾਰਾਜ ਤੂੰ ਮੇਰਾ ਪਿਤਾ ਹੈ, ਤੂੰ ਹੀ ਮੇਰੀ ਮਾਂ, ਕਰਨ ਕਰਾਉਣ ਵਾਲਾ ਤੂੰ, ਸਭ ਕੁਝ ਕਰਨ ਵਾਲਾ ਤੂੰ, ਤੇ ਫਿਰ ਗਿਲੇ ਸ਼ਿਕਵੇ ਵੀ ਹਟਣਗੇ, ਸ਼ੁਕਰਾਨਾ ਹਰ ਵੇਲੇ ਉਹਦਾ ਕਰਾਂਗੇ, ਤੇ ਫਿਰ ਇਹ ਭਾਵਨਾ ਬਣ ਜਾਏਗੀ ਕਿ ਮੈਂ ਉਹੋ ਹੀ ਕੰਮ ਕਰਨਾ ਹੈ ਜਿਹੜਾ ਤੈਨੂੰ ਚੰਗਾ ਲੱਗ ਰਿਹਾ, ਜਿਹੜਾ ਤੈਨੂੰ ਚੰਗਾ। ਆਤਮ ਸਮਰਪਣ ਵਾਲੇ ਇਹ ਗੱਲ ਕਹਿ ਸਕਦੇ ਨੇ, ਮਹਾਰਾਜ ਜੇ ਮੈਂ ਕਦਮ ਵੀ ਪੁੱਟ ਰਿਹਾ, ਇਹ ਤੂੰ ਪੁਟਾਇਆ ਤਾਂ ਮੈਂ ਪੁੱਟਿਆ, ਤੇਰੇ ਤੋਂ ਬਿਨਾਂ ਮੈਂ ਇੱਕ ਕਦਮ ਵੀ ਨਹੀਂ ਪੁੱਟ ਸਕਦਾ। ਸੋਈ ਕਰਾਏ ਜੋ ਤੁਧ ਭਾਵੈ, ਜੋ ਤੈਨੂੰ ਚੰਗਾ ਲੱਗਦਾ ਹੈ ਨਾ ਕੰਮ, ਮੈਥੋਂ ਤੂੰ ਉਹੀ ਕਰਵਾ ਰਿਹਾ। ਮੋਹੇ ਸਿਆਣਪ ਕਛੂ ਨਾ, ਮੇਰੀ ਤੇ ਸਿਆਣਪ ਚਤਰਾਈ ਹੈ ਨਹੀਂ, ਉਦਾਂ ਸਿਆਣੇ ਬਣਨਾ ਜਿਵੇਂ ਮੈਂ ਪਹਿਲੇ ਕਿਹਾ, ਪਰ ਉਹ ਸਿਆਣਪ ਬੁਰੀ ਜਿਹੜੀ ਦੂਜਿਆਂ ਨੂੰ ਨੀਵਾਂ ਵਿਖਾਵੇ, ਹਾਂਜੀ, ਉਹ ਅਕਲ ਬੁਰੀ ਜਿਹੜੀ ਦੂਜਿਆਂ ਨਾਲ ਧੋਖਾ ਕਰੇ, ਤੇਰੇ ਉਹਨਾਂ ਹਰ ਵੇਲੇ ਗੁਰੂ ਦੇ ਭੈ ਭਾਵਨਾ ਦੇ ਵਿੱਚ ਰਹਿਣਾ ਤੇ ਮਰਨ ਨੂੰ ਕਹਿਣਾ, ਮਹਾਰਾਜ ਮੈਨੂੰ ਕੋਈ ਚਤਨਾਈਆਂ ਕੋਈ ਸਿਆਣਪਾਂ ਨਹੀਂ, ਜੋ ਤੈਨੂੰ ਚੰਗਾ ਲੱਗ ਰਿਹਾ ਨਾ ਭੋਲੇ ਭਾ, ਮੈਂ ਉਹੀ ਕੰਮ ਕਰੀ ਜਾ ਰਿਹਾ। ਸੋਈ ਕਰਾਏ ਜੋ ਤੁਧ ਭਾਵੈ, ਮੋਹੇ ਸਿਆਣਪ ਕਛੂ ਨਾ ਆਵੈ, ਹਮ ਬਾਰਕ ਤਉ ਸਰਨ। ਬਾਪੂ ਜੀ ਬੱਚੇ ਆ ਤੁਹਾਡੇ, ਜੇ ਤੂੰ ਮੇਰੀ ਮਾਂ ਹੈ ਤੇ ਮੈਂ ਤੇਰਾ ਪੁੱਤਰ ਹੀ ਹੋਇਆ, ਜੇ ਤੂੰ ਮੇਰਾ ਪਿਤਾ ਹੈ ਤੇ ਮੈਂ ਤੇਰਾ ਪੁੱਤਰ ਹੀ ਹੋਇਆ ਨਾ, ਬੱਚਾ ਹੋਇਆ, ਬੱਚੀ ਹੋਈ ਨਾ, ਹਮ ਬਾਰਕ ਤਉ ਸਰਨ ਆਈ, ਅਸੀਂ ਬੱਚੇ ਆ। ਜਿਵੇਂ ਛੋਟਾ ਬੱਚਾ ਹੋਵੇ ਉਹਨੂੰ ਮਾਂ ਬਾਪ ਤੋਂ ਬਿਨਾਂ ਕੋਈ ਆਸਰਾ ਨਹੀਂ ਹੁੰਦਾ, ਖਾਣ ਪੀਣ ਲਈ ਵੀ ਮਾਂ ਵੱਲ ਤੱਕਦਾ, ਬਾਪ ਵੱਲ ਤੱਕਦਾ, ਪੈਸੇ ਜੇ ਚਾਹੀਦੇ ਨੇ ਤਾਂ ਵੀ ਪਿਓ ਦੇ ਅੱਗੇ ਹੱਥ ਅੱਡਦਾ,
ਪੈਸੇ ਚਾਹੀਦੇ ਨੇ, ਕੋਈ ਸ਼ੈ ਚਾਹੀਦੀ, ਮਾਂ ਦੇ ਅੱਗੇ ਹੱਥ ਅੱਡਦਾ, ਮਾਂ ਮੈਨੂੰ ਲੈ ਕੇ ਜਾਏਗੀ, ਪਿਓ ਮੈਨੂੰ ਲੈ ਕੇ ਜਾਏਗਾ, ਫਲਾਣੀ ਚੀਜ਼ ਲੈ ਕੇ ਦੇਵੇਗਾ। ਜਿਵੇਂ ਛੋਟੇ ਬੱਚੇ ਨੂੰ ਮਾਂ ਬਾਪ ਤੋਂ ਬਿਨਾਂ ਕਿਸੇ ਹੋਰ ਦਾ ਆਸਰਾ ਨਹੀਂ, ਮੈਂ ਵੀ ਤੇਰਾ ਛੋਟਾ ਬੱਚਾ, ਮੈਨੂੰ ਵੀ ਤੇਤੋਂ ਬਿਨਾਂ ਦੂਜਾ ਆਸਰਾ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਹਮ ਬਾਰਕ ਤਉ ਸਰਣਾਈ, ਪ੍ਰਭ ਆਪੇ ਬੈਜ ਰਖਾਏ। ਤੇ ਫਿਰ ਬੱਚੇ ਦੀ ਇੱਜ਼ਤ ਦਾ ਰਾਖਾ ਕੌਣ ਹੁੰਦਾ? ਜਿਹੜਾ ਬੱਚਾ ਹੀ ਛੋਟਾ ਹੈ ਹੀ ਬੱਚਾ, ਮਾਂ ਬਾਪ ਹੀ ਬਚਾਉਂਦੇ ਆ ਨਾ ਹਰ ਕੰਮ ਤੋਂ, ਮਾੜੀ ਚੀਜ਼ ਤੋਂ, ਆਲੇ ਦੁਆਲੇ ਤੋਂ। ਹਾਂਜੀ, ਜੇ ਕੋਈ ਬੱਚੇ ਨੂੰ ਚਪੇੜ ਵੀ ਮਾਰ ਦਿੰਦਾ ਨਾ, ਬੱਚੇ ਦੀ ਹਿੰਮਤ ਨਹੀਂ ਲੜਨ ਦੀ, ਮਾਂ ਬਾਪ ਅੱਗੇ ਹੋ ਕੇ ਲੜਨ ਜਾਂਦੇ, ਵੀ ਤੂੰ ਮੇਰੇ ਪੁੱਤਰ ਨੂੰ ਕਿਉਂ ਮਾਰਿਆ, ਤੂੰ ਮੇਰੀ ਧੀ ਨੂੰ ਕਿਉਂ ਮਾਰਿਆ। ਬਸ ਇਸੇ ਤਰ੍ਹਾਂ ਬਾਪੂ ਜੀ ਗੁਰੂ ਰਾਮਦਾਸ ਜੀ, ਬਾਬਾ ਦੀਪ ਸਿੰਘ ਜੀ, ਅਸੀਂ ਤੁਹਾਡੇ ਛੋਟੇ ਬੱਚੇ ਆ, ਤੁਹਾਡੀ ਸ਼ਰਨ ਵਿੱਚ ਆ, ਤੇ ਹਰ ਜਗ੍ਹਾ ਤੇ ਸਾਡੀ ਇੱਜ਼ਤ ਦੀ ਰਾਖੀ ਵੀ ਤੁਸੀਂ ਆਪ ਹੀ ਕਰੋ। ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ, ਫਿਰ ਆਖੋ ਧੰਨ ਬਾਬਾ ਦੀਪ ਸਿੰਘ, ਫਿਰ ਆਖੋ ਧੰਨ ਬਾਬਾ ਦੀਪ ਸਿੰਘ, ਮੇਰਾ ਮਾਤ ਪਿਤਾ ਹਰ ਰਾਇਆ, ਕਰ ਕਿਰਪਾ ਪ੍ਰਤ ਪਾਲਣ ਲਾਗਾ, ਕਰੀ ਤੇਰਾ ਕਰਾਇਆ। ਅੱਗੇ ਕੀ ਕਹਿ ਰਹੇ? ਜੀ ਜੰਤ ਤੇਰੇ ਤਾਰੇ, ਪ੍ਰਭ ਡੋਰੀ ਹੱਥ ਤੁਮਾਰੇ, ਅਸੀਂ ਸਹੁਰੇ ਜੀ ਜੰਤ ਤੇਰੇ ਹੀ ਆਸਰੇ ਹਾਂ, ਛੋਟੇ ਛੋਟੇ ਜੀਵ ਹਾਂ ਅਸੀਂ, ਤੇਰੇ ਅੱਗੇ ਸਾਡੀ ਔਕਾਤ ਕੋਈ ਨਹੀਂ, ਤੇਰੇ ਅੱਗੇ ਕੋਈ ਵੈਲਿਊ ਨਹੀਂ, ਕੋਈ ਔਕਾਤ ਨਹੀਂ ਸਾਡੀ, ਤੇਰੇ ਹੀ ਆਸਰੇ ਤੁਰਨਾ ਹੈ। ਤੇ ਸੱਚਿਆ ਪਾਤਸ਼ਾਹ, ਸਾਡੀ ਸਾਰਿਆਂ ਦੀ ਡੋਰ ਵੀ ਤੇਰੇ ਹੱਥ ਵਿੱਚ ਹੀ ਹੈ, ਸਭ ਦੀ ਡੋਰ ਤੇਰੇ ਹੱਥ ਵਿੱਚ, ਲਿਖਣ ਵਾਲੇ ਸਾਡੇ ਕਰਮਾਂ ਦੇ ਉੱਤੇ ਤੁਸੀਂ ਹੋ, ਡੋਰੀ ਸਾਡੀ ਤੁਹਾਡੇ ਹੱਥ ਵਿੱਚ ਹੈ। ਤੇ ਦਾਤਿਆ ਕਿਰਪਾ ਦਾ ਖਾਤਾ ਖੋਲ ਦੇ, ਤੇਰੇ ਹੱਥ ਵਿੱਚ ਡੋਰੀ ਹੈ, ਤੇ ਮੇਰਾ ਦਾ ਖਾਤਾ ਖੋਲ ਕੇ ਸਾਡੇ ਕਰਮਾਂ ਦੇ ਵਿੱਚ ਉਹ ਦਾਤਾਂ ਵੀ ਲਿਖ ਦੇ ਜਿਹੜੀਆਂ ਅਸੀਂ ਕਦੀ ਸੋਚੀਆਂ ਵੀ ਨਾ ਹੋਣ। ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ। ਬੀਬੀ ਸੁਲੱਖਣੀ ਨੇ ਸੋਚਿਆ ਨਹੀਂ ਸੀ, ਮੰਗਣ ਤੇ ਗਈ ਸੀ ਇੱਕ ਪੁੱਤ, ਤੇ ਪਹਿਲੀ ਵਾਰੀ ਨਿਰਾਸ਼ ਵੀ ਹੋ ਗਈ, ਨਿਰਾਸ਼ ਜਦੋਂ ਛੇਵੇਂ ਪਾਤਸ਼ਾਹ ਸਾਈ ਨੇ ਇੰਨੀ ਗੱਲ ਕਹਿਤੀ ਸੀ, ਤੇਰੇ ਭਾਗਾਂ 'ਚ ਨਹੀਂ ਲਿਖਿਆ, ਰੋਣ ਲੱਗ ਪਈ, ਬਹੁਤ ਆਈ ਰੋਂਦੀ ਰੋਂਦੀ। ਭਾਈ ਗੁਰਦਾਸ ਜੀ ਦਾ ਹੋ ਗਿਆ, ਬੀਬਾ ਰੋਨੀ ਕਿਉਂ ਹੈ? ਇਹ ਤੇ ਉਹ ਘਰ ਹੈ ਗੁਰੂ ਨਾਨਕ ਦਾ ਜਿੱਥੇ ਕੋਈ ਰੋਂਦਾ ਜਾਵੇ ਹੱਸਦਾ ਹੁੰਦਾ, ਤੂੰ ਹੱਸਦੀ ਗਈ, ਰੋਨੀ ਕਿਉਂ ਆ ਰਹੀ ਹੈ? ਤੇ ਉਸ ਵੇਲੇ ਪਤਾ ਕੀ ਕਹਿੰਦੀ, ਕਹਿਣ ਲੱਗੀ ਉਹ ਗੁਰਮੁਖਾ, ਉਹ ਮਹਾਂਪੁਰਖੋ, ਰੋਵਾਂ ਨਾ ਤੇ ਕੀ ਕਰਾਂ, ਇੰਨੀਆਂ ਥਾਵਾਂ ਤੇ ਗਈ, ਇੰਨੇ ਪੀਰ ਫਕੀਰ ਮਨਾਏ, ਉਹਨਾਂ ਨੇ ਰੇਤ ਦੀ ਬੁੱਕ ਮਾਰੀ, ਪਰ ਗੁਰੂ ਨੇ ਤੇ ਪੱਥਰ ਹੀ ਮਾਰਤਾ। ਕਹਿੰਦੇ ਸਮਝੇ ਨੀ? ਕਹਿੰਦੇ ਇੰਨੀਆਂ ਥਾਵਾਂ ਤੇ ਗਈਆਂ, ਪੁੱਤਰ ਦੀ ਦਾਤ ਲੈਣ ਸਭ ਨੇ ਕਿਹਾ ਹੋ ਜਾਏਗਾ, ਦਿਲਾਸਾ ਦਿੱਤਾ, ਪਰ ਗੁਰੂ ਸਾਹਿਬ ਨੇ ਤੇ ਨਾ ਹੀ ਕਰਤੀ, ਕਰਮਾਂ 'ਚ ਨਹੀਂ ਲਿਖਿਆ, ਦੱਸ ਰੋਵਾਂ ਨਾ ਤੇ ਕੀ ਕਰਾਂ। ਤੇ ਉਸ ਵੇਲੇ ਮਹਾਂਪੁਰਖ ਕਹਿਣ ਲੱਗੇ, ਉਹ ਬੀਬਾ ਬਸ ਇੰਨੀ ਗੱਲ ਤੋਂ ਰੋਣਾ ਸ਼ੁਰੂ ਕਰਤਾ, ਕਹਿੰਦੀ ਦੱਸ ਰੋਵਾਂ ਨਾ ਤੇ ਕੀ ਕਰਾਂ, ਕੋਈ ਹੱਲ ਹੀ ਨਹੀਂ, ਮਰਨੇ ਕਿ ਕਰਮਾਂ 'ਚ ਨਹੀਂ ਲਿਖਿਆ। ਕਹਿੰਦੇ ਰੋਣ ਨਾਲ ਕੁਝ ਨਹੀਂ ਹੋਣਾ, ਭਾਵਨਾ ਦੇ ਨਾਲ ਫਿਰ ਜਾ, ਭਾਵਨਾ ਨਾਲ ਜਾ ਤੇ ਮਹਾਰਾਜ ਦੇ ਫੜ ਲੈ ਚਰਨ,
ਤੇ ਕਹਿ ਸੱਚੇ ਪਾਤਸ਼ਾਹ ਜੀ ਇੱਥੇ ਵੀ ਲਿਖਣ ਵਾਲੇ ਤੁਸੀਂ, ਉੱਥੇ ਵੀ ਲਿਖਣ ਵਾਲੇ ਤੁਸੀਂ, ਜੇ ਉੱਥੇ ਮੇਰੇ ਮਾੜੇ ਕਰਮਾਂ ਕਰਕੇ ਨਹੀਂ ਲਿਖਿਆ, ਹੁਣ ਆਪਣੀ ਰਹਿਮਤ ਕਰਕੇ ਲਿਖ ਦਿਓ। ਹੁਣ ਆਪਣੀ ਬਖਸ਼ਿਸ਼, ਆਪਣੀ ਰਹਿਮਤ, ਆਪਣੀ ਮਿਹਰ ਕਰਕੇ ਲਿਖ ਦਿਓ। ਉਹੀ ਬੀਬੀ ਸੁਲੱਖਣੀ ਆਈ ਭਾਵਨਾ ਦੇ ਨਾਲ ਦੁਬਾਰਾ ਮਹਾਰਾਜ ਦੇ ਘੋੜੇ ਦੀ ਵਾਂਗ ਫੜ ਲਈ। ਮਹਾਰਾਜ ਕਹਿੰਦੇ ਬੀਬੀ ਦੱਸ ਕੀ ਚਾਹੁੰਦੀ ਹੈ? ਮਹਾਰਾਜ ਪੁੱਤਰ ਬਈ ਤੈਨੂੰ ਪਹਿਲੇ ਕਿਹਾ ਤੇਰੇ ਕਰਮਾਂ ਚ ਨਹੀਂ ਲਿਖਿਆ, ਹੁਣ ਜੁਗਤ ਸਮਝ ਕੇ ਆਈ ਮਹਾਰਾਜ ਇੱਥੇ ਵੀ ਲਿਖਣ ਵਾਲੇ ਆਪ, ਉੱਥੇ ਵੀ ਲਿਖਣ ਵਾਲੇ ਆਪ, ਜੇ ਉੱਥੇ ਮੇਰੇ ਕਰਮਾਂ ਕਰਕੇ ਨਹੀਂ ਲਿਖਿਆ ਤੇ ਹੁਣ ਆਪਣੀ ਮਿਹਰ ਕਰਕੇ ਲਿਖ ਦਿਓ। ਇਤਿਹਾਸ ਦੇ ਪੰਨਿਆਂ ਤੇ ਲਿਖਿਆ ਤੁਸੀਂ ਸਭ ਜਾਣਦੇ ਹੋ, ਇੱਕ ਪੁੱਤ ਨੀ ਜਿਹਦੇ ਕਰਮਾਂ ਦੇ ਵਿੱਚ ਉਹਦੇ ਵਿਹੜੇ 'ਚ ਗੁਰੂ ਪਿਤਾ ਦੀ ਬਖਸ਼ਿਸ਼ ਨਾਲ ਸੱਤ ਪੁੱਤਰ ਖੇਡੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਸੱਤਾਂ ਪੁੱਤਰਾਂ ਦੇ ਨਾਲ ਝੋਲੀਆਂ ਭਰਵਾਈਆਂ ਬੀਬੀ ਸੁਲੱਖਣੀ ਨੇ, ਸੱਤਾਂ ਪੁੱਤਰਾਂ ਨਾਲ ਡੋਰੀ ਤੇਰੇ ਹੱਥ ਵਿੱਚ, ਜੋ ਚਾਹਵੇਂ ਤੂੰ ਲਿਖ ਸਕਦਾ, ਜੋ ਚਾਹਵੇਂ, ਜੋ ਚਾਹਵੇਂ ਤੂੰ ਪੁੱਠੇ ਕਰਮਾਂ ਨੂੰ ਸਿੱਧਿਆਂ ਕਰ ਸਕਦਾ, ਵੱਡੀਆਂ ਤੋਂ ਵੱਡੀਆਂ ਬਖਸ਼ਿਸ਼ਾਂ ਦੇ ਸਕਦਾ ਤੇ ਕਿਰਪਾ ਦਾ ਖਾਤਾ ਖੋਲ। ਜਿਹੜੇ ਇਸ ਵੇਲੇ ਤੇਰੀ ਗੋਦੀ 'ਚ ਇੱਥੇ ਬੈਠੇ, ਘਰਾਂ 'ਚ ਲਾਈਵ ਦੇ ਮਾਧਿਅਮ ਰਾਹੀਂ ਜੁੜੇ ਨੇ, ਬਾਪੂ ਜੀ ਸਾਡੇ ਵੀ ਮਾੜੇ ਕਰਮਾਂ ਦੇ ਉੱਤੇ ਸੋਹਣੇ ਕਰਮ ਲਿਖਦੇ ਹੋ। ਆਖੋ ਧੰਨ ਗੁਰੂ ਰਾਮਦਾਸ ਜੀ। ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ, ਹਾਥ ਤੁਮਾਰੇ ਜੇ ਕਰਾਵੇ ਸੋ ਕਰਨਾ। ਅਸੀਂ ਉਹੀ ਕੁਝ ਕਰਦੇ ਹਾਂ ਜੋ ਤੁਸੀਂ ਸਾਥੋਂ ਕਰਵਾਉਂਦੇ ਹੋ, ਪਰ ਇਹ ਕਹਿ ਉਹ ਹੀ ਸਕਦਾ ਜਿਹਨੇ ਉਹਨੂੰ ਮਾਤਾ ਪਿਤਾ ਮੰਨਿਆ, ਜਿਹਨੇ ਮੰਨਿਆ ਹੈ ਤੇ ਉਹ ਮਾਤਾ ਪਿਤਾ ਹੈ, ਸ਼ੱਕ ਕੋਈ ਨੀ, ਪਰ ਅਸੀਂ ਮੰਨਦੇ ਨੀ ਨਾ। ਜਿਹਨੇ ਮੰਨਿਆ ਉਹੀ ਇਹ ਗੱਲ ਕਹਿ ਸਕਦਾ ਕਿ ਮਹਾਰਾਜ ਮੈਂ ਉਹੀ ਕਰ ਰਿਹਾ ਜੋ ਤੁਸੀਂ ਕਰਵਾ ਰਹੇ, ਜੇ ਕਰਾਵੇ ਸੋ ਕਰਨਾ, ਨਾਨਕ ਦਾਸ ਤੇਰੀ ਸਰਣਾ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਅਸੀਂ ਵੀ ਤੇਰੀ ਸ਼ਰਨ ਵਿੱਚ ਆਏ ਹਾਂ, ਜੋ ਤੂੰ ਸਾਡੇ ਕੋਲੋਂ ਕਰਵਾਉਣਾ ਚਾਹੁੰਦਾ ਬਖਸ਼ਿਸ਼ ਦੇ ਖਾਤੇ ਵਿੱਚੋਂ ਕਰਾ, ਕਿਉਂਕਿ ਤੂੰ ਹੀ ਮੇਰੀ ਮਾਂ, ਤੂੰ ਹੀ ਮੇਰਾ ਪਿਓ, ਤੂੰ ਹੀ ਸਭ ਕੁਝ ਕਰਨ ਕਰਾਉਣ ਵਾਲਾ। ਆਓ ਜਿਹਦੇ ਹੱਥ ਵਿੱਚ ਡੋਰੀ ਹੈ, ਸਾਰਾ ਕੁਝ ਜਿਹੜਾ ਕਰ ਰਿਹਾ, ਕਰਾ ਰਿਹਾ, ਕਰ ਸਕਦਾ, ਇੰਪੋਸੀਬਲ ਗੱਲ ਨੂੰ ਵੀ ਪੋਸੀਬਲ ਜਿਹੜਾ ਬਣਾ ਸਕਦਾ, ਉਹਦੇ ਅੱਗੇ ਇੱਕ ਵਾਰੀ ਫਾਈਲ ਲਾ ਦਿਓ। ਗਰੀਬ ਨਿਵਾਜ ਅਰਜ਼ੀਆਂ ਸਾਡੀਆਂ ਕਬੂਲ ਕਰ ਲੈ, ਜਿਹੜੀ ਜਿਹੜੀ ਵੀ ਤੁਹਾਡੀ ਬੇਨਤੀ ਹੈ ਫਾਈਲਾਂ ਲਾਓ, ਫਿਰ ਆਪਾਂ ਸਮਾਪਤੀ ਕਰ ਦੇਣੀ। ਸਾਰੀ ਸੰਗਤ ਅਰਜ਼ੀਆਂ ਲਾਓ ਆਪਣੀਆਂ ਆਪਣੀਆਂ। ਪ੍ਰਭ ਡੋਰੀ ਹੱਥ ਤੁਮਾਰੇ, ਪ੍ਰਭ ਡੋਰੀ ਹੱਥ ਤੁਮਾਰੇ, ਪ੍ਰਭ ਡੋਰੀ ਹੱਥ ਤੁਮਾਰੇ, ਪ੍ਰਭ ਡੋਰੀ ਹੱਥ ਤੁਮਾਰੇ। ਜੀ ਜੰਤ ਤੇਰੇ ਤਾਰੇ, ਜੀ ਜੰਤ ਤੇਰੇ ਡੋਰੀ ਹੱਥ ਤੁਮਾਰੇ, ਪੌਤਰ ਪ੍ਰਭ ਡੋਰੀ ਹੱਥ ਤੁਮਾਰੇ।
ਚੈਨਲ ਚੇਂਜ ਨਾ ਕਰਿਓ, ਹੁਕਮਨਾਮਾ ਸੁਣ ਕੇ ਪੂਰੀਆਂ ਹਾਜ਼ਰੀਆਂ ਲਵਾਇਓ। ਕੀਰਤਨ ਦੀ ਸਮਾਪਤੀ ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਸੇਵਾਵਾਂ ਦਾ ਕੁੰਭ ਚੱਲ ਰਿਹਾ, ਸਭ ਨੂੰ ਪਤਾ ਹੈ। ਤੇ ਦੋ ਵੱਡੀਆਂ ਸੇਵਾਵਾਂ ਗੁਰੂ ਪਿਤਾ ਜੀ ਨੇ ਸਾਡੀ ਝੋਲੀ ਚ ਪਾਈਆਂ ਨੇ। ਹੁਣ ਮੈਂ ਕੱਲ ਵੀ ਅਰਜ਼ ਕੀਤੀ ਸੀ, ਸਾਨੂੰ ਹਸਪਤਾਲ ਲਈ, ਜੋ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, 20 ਰੁਪਈਆਂ ਦੀ ਪਰਚੀ 'ਚ ਦੋ ਦਿਨ ਦੀ ਦਵਾਈ ਦਿੱਤੀ ਜਾਂਦੀ, ਜਿਹਦੇ 'ਚ ਇੱਕੋ ਛੱਤ ਥੱਲੇ ਸਾਰੇ ਲਾਗਤ ਮੁੱਲ ਨਾਲ ਇਲਾਜ ਹੁੰਦੇ ਨੇ। ਆ ਕੇ ਆਪਣੀਆਂ ਅੱਖਾਂ ਨਾਲ ਵੇਖੋ, ਅਲਟਰਾਸਾਊਂਡ, ਐਕਸਰੇ, ਖੂਨ ਦੇ ਜੋ ਲੈਬੋਰਟਰੀ ਦੇ ਖੂਨ ਦੀ ਜਾਂਚ ਦੇ ਸਾਰੇ ਕਾਰਜ, ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਇਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਫੈਸਿਲਿਟੀਆਂ ਨੇ, ਬਿਲਕੁਲ ਲਾਗਤ ਮੁੱਲ ਦੇ ਨਾਲ ਇੱਕੋ ਸ਼ਖਸ ਥੱਲੇ। ਇਸ ਹਸਪਤਾਲ ਲਈ ਸਾਨੂੰ ਐਂਬੂਲੈਂਸ ਦੀ ਲੋੜ ਹੈ, ਤੇ ਐਂਬੂਲੈਂਸ ਤਕਰੀਬਨ 10-11 ਲੱਖ ਦਾ ਖਰਚਾ ਐਂਬੂਲੈਂਸ ਦਾ।
ਤੇ ਮੈਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ ਕਰਦਾ, ਜੋ ਵੀ ਗੁਰੂ ਪਿਤਾ ਜੀ ਨੇ ਤੁਹਾਨੂੰ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ, ਭਾਵੇਂ ਇੱਕ ਇੱਕ ਕਿਣਕਾਈ, ਜਿਹਦੀ ਸਮਰੱਥਾ 1,000 ਰੁਪਈਆ ਹਿੱਸਾ ਪਾਉਣ ਦੀ ਉਹ ਓਨਾ ਪਾਵੇ, 10,000 ਦੀ ਉਹ ਓਨਾ ਹਿੱਸਾ ਪਾਵੇ, 5,000 ਦੀ ਹੈ ਉਹ ਓਨਾ ਹਿੱਸਾ ਪਾਵੇ, ਲੱਖ ਵਾਲਾ ਲੱਖ ਸੇਵਾ ਕਰੇ। ਇਹ ਐਂਬੂਲੈਂਸ ਚਾਹੀਦੀ ਹੈ, ਔਰ ਇਸ ਐਂਬੂਲੈਂਸ ਦੇ ਰਾਹੀਂ ਜਦੋਂ ਰੋਗੀ ਇਲਾਜ ਦੇ ਲਈ ਸਹੀ ਸਮੇਂ 'ਤੇ ਹਸਪਤਾਲਾਂ 'ਚ ਪਹੁੰਚਿਆ ਕਰਨਗੇ, ਤਾਂ ਪਿਆਰਿਓ ਮੈਨੂੰ ਇੱਦਾਂ ਮਹਿਸੂਸ ਹੁੰਦਾ ਹੈ, ਤੁਹਾਡੇ ਬੱਚਿਆਂ ਨੂੰ ਤੁਹਾਡੇ ਪਰਿਵਾਰਾਂ ਤੋਂ ਬਿਮਾਰੀਆਂ ਦੂਰ ਕਰਨ ਦੀ ਜ਼ਿੰਮੇਵਾਰੀ ਬਾਬਾ ਦੀਪ ਸਿੰਘ ਆਪਣੀ ਝੋਲੀ 'ਚ ਪਵਾ ਲੈਣਗੇ। ਇਹ ਮੇਰੀ ਨਿਮਰਤਾ ਸਹਿਤ ਬੇਨਤੀ, ਜਿਹੜੀ ਐਂਬੂਲੈਂਸ ਦੀ ਜਿਹੜਾ ਐਂਬੂਲੈਂਸ ਦੀ ਸੇਵਾ ਕਰਨੀ ਚਾਹੇ ਉਹ ਉਦਾਂ ਕਰ ਲਵੇ, ਮੰਨ ਲਓ ਨਹੀਂ ਸਮਰੱਥਾ, ਜੋ ਗੁਰੂ ਨੇ ਤੁਹਾਨੂੰ ਕਿਣਕਾ ਕਿਣਕਾ ਦਿੱਤਾ ਉਸ ਮੁਤਾਬਕ ਹਾਜ਼ਰੀ ਲਾਇਓ। ਇੱਕ ਤੇ ਇਹ ਬੇਨਤੀ, ਦੂਸਰਾ ਜਿਹੜਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ ਹੈ, ਇੱਕ ਰਸੋਈ ਉਹ ਹੈ ਜਿਹਦੇ 'ਚ 2,500 ਮੈਂਬਰ ਰੋਜ਼ ਲੰਗਰ ਛਕਦੇ ਨੇ, ਅਤੇ ਇੱਕ ਗੱਡੀ ਆਪਾਂ ਬਣਾਈ ਹੈ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਲੋੜਵੰਦ ਥਾਵਾਂ ਦੇ ਉੱਤੇ ਜਿਹਦੇ ਰਾਹੀਂ ਲੰਗਰ ਪਹੁੰਚਾਉਣ ਦੀ ਸੇਵਾ ਨਿਭਾਈ ਜਾਂਦੀ, ਅਤੇ ਉਹਨਾਂ ਥਾਵਾਂ 'ਤੇ ਲੰਗਰ ਲਾਇਆ ਜਾਂਦਾ ਉਸ ਗੱਡੀ ਦੇ ਨਾਲ ਜਿੱਥੇ ਅੱਤ ਦੀ ਲੋੜ ਹੁੰਦੀ। ਕਈ ਕਈ ਦਿਨਾਂ ਤੋਂ ਬੱਚੇ ਭੁੱਖੇ ਰਹਿੰਦੇ ਨੇ ਕਈ ਇਲਾਕਿਆਂ 'ਚ, ਅਤੇ ਹਫ਼ਤੇ 'ਚ 2-3 ਵਾਰੀ ਉਹਨਾਂ ਇਲਾਕਿਆਂ 'ਚ ਜਦੋਂ ਗੱਡੀ ਜਾਂਦੀ, ਜਦੋਂ ਉਹ ਪੇਟ ਭਰ ਕੇ ਖਾਣਾ ਖਾਂਦੇ ਨੇ, ਬਰਕਤਾਂ ਉਹਨਾਂ ਨੂੰ ਪੈਂਦੀਆਂ ਜਿਹੜੇ ਦਸਵੰਧ ਦਿੰਦੇ ਹੋ, ਉਹ ਸਾਨੂੰ ਉਸ ਗੱਡੀ ਦੀ ਵੀ ਲੋੜ ਹੈ, ਕਿਉਂਕਿ ਉਹ ਗੱਡੀ ਬਿਰਧ ਹੋ ਚੁੱਕੀ ਹੈ, ਕਾਫ਼ੀ ਪੁਰਾਣੀ ਹੋ ਗਈ, ਅਤੇ ਉਹ ਵੀ 10-11 ਲੱਖ ਦੇ ਕਰੀਬ ਗੱਡੀ ਬਣਦੀ ਹੈ, ਅਤੇ ਮੇਰੀ ਬੇਨਤੀ ਉਸ ਗੱਡੀ ਦੀ ਪੂਰੀ ਕੋਈ ਸੇਵਾ ਲੈਣੀ ਚਾਹੇ ਵਾਹ ਭਲਾ, ਅਤੇ ਜੇ ਨਹੀਂ ਕੋਈ ਕਰ ਸਕਦਾ, ਜਿੰਨੀ ਵੀ ਤੁਸੀਂ ਸੇਵਾ ਕਰ ਸਕਦੇ ਹੋ, ਟੀਵੀ ਸਕਰੀਨ ਦੇ ਉੱਤੇ QR ਕੋਡ ਵੀ ਚੱਲਦੇ ਨੇ, ਸਕੈਨ ਕਰਕੇ ਉਸੇ ਵੇਲੇ ਸੇਵਾ ਆਪ ਜੀ ਭੇਜ ਸਕਦੇ ਹੋ, ਤੁਰੰਤ ਦਾਨ ਮਹਾਪੁੰਨ। ਆਖੋ ਧੰਨ ਗੁਰੂ ਰਾਮਦਾਸ ਜੀ। ਕਈ ਵਾਰੀ ਬੰਦਾ ਜਦੋਂ ਸੇਵਾ ਡਿਲੇ ਕਰਦਾ ਹੈ ਨਾ, ਫਿਰ ਮਨ ਆਲਸੀ ਹੁੰਦਾ ਜਾਂਦਾ, ਆਲਸੀ, ਚਲ ਕੋਈ ਨਹੀਂ ਫਿਰ ਕਰ ਲਾਂਗੇ, ਹੁਣ ਆਹ ਲੋੜ ਹੈ ਇਹ ਚੀਜ਼ ਲਈ ਵਰਤ ਲਈ ਨੇ, ਫਿਰ ਕਰ ਲਾਂਗੇ ਸੇਵਾ। ਇਹ ਮਹਾਂਪੁਰਖਾਂ ਦੇ ਬਚਨ ਕਹਿੰਦੇ ਤੁਰੰਤ ਦਾਨ ਮਹਾਂਪੁੰਨ, ਬਣਿਆ ਮਨ ਉਸੇ ਵੇਲੇ ਸੇਵਾ ਕਰਦੇ, ਨਹੀਂ ਤੇ ਮਨ ਆਲਸੀ ਬਣ ਜਾਂਦਾ। ਆਲਸੀ, ਮੈਂ ਜਿਵੇਂ ਪਿੱਛੇ ਗੱਲ ਸੁਣਾਈ ਸੀ, ਸੇਠ ਵਸਤੀ ਰਾਮ ਸੀ, ਉਹਨੇ 100 ਚਦਰਾਂ ਸੁੱਖ ਲਈਆਂ ਕਿ ਧਾਰਮਿਕ ਅਸਥਾਨ 'ਤੇ ਮੈਂ 100 ਚਦਰ ਚੜ੍ਹਾਉਣੀ, ਮੇਰੀ ਫਲਾਣੀ ਮਨੋਕਾਮਨਾ ਪੂਰੀ ਹੋ ਜੇ। ਮਨੋਕਾਮਨਾ ਪੂਰੀ ਹੋਈ, ਜਦੋਂ 100 ਚਦਰਾਂ ਚੜ੍ਹਾਉਣ ਦੀ ਵਾਰੀ, ਕਹਿੰਦਾ ਇੰਨੀਆਂ ਮਹਿੰਗੀਆਂ ਚਦਰਾਂ, 100 ਚਦਰਾਂ, ਕਹਿੰਦਾ ਚੱਲ 50 ਚੜ੍ਹਾ ਦਿੰਦੇ। 50 ਦਾ ਜਦੋਂ ਰੇਟ ਪਤਾ ਕੀਤਾ, ਕਹਿੰਦਾ ਅੱਛਾ ਇੰਨੇ ਪੈਸੇ ਲੱਗਣੇ, ਫਿਰ 10 ਤੇ ਆ ਗਿਆ, 10 ਤੋਂ ਫਿਰ 1 ਚੱਦਰ ਤੇ ਆ ਗਿਆ, ਕਹਿੰਦਾ ਰੱਬ ਨੂੰ ਕਿਹੜਾ ਘਾਟਾ ਹੁੰਦਾ। ਆਖੋ ਧੰਨ ਗੁਰੂ ਰਾਮਦਾਸ ਜੀ। ਇਹ ਮੇਰੀ ਬੇਨਤੀ ਹੈ, ਮਨ ਬਣੇ ਉਸੇ ਵੇਲੇ ਇਹ QR ਕੋਡ ਦੇ ਰਾਹੀਂ ਤੁਸੀਂ ਸਕੈਨ ਕਰਕੇ ਸੇਵਾ ਸਾਨੂੰ ਭੇਜ ਸਕਦੇ ਹੋ। ਅਕਾਊਂਟ ਡਿਟੇਲ ਵੀ ਤੁਹਾਡੇ TV ਸਕਰੀਨ 'ਤੇ ਚੱਲਦੀ ਹੈ, ਸਕਰੀਨਸ਼ੋਟ ਲੈ ਲਓ, ਫੋਟੋ ਲੈ ਲਓ, ਆਪਣੀ ਸੇਵਾ ਸਾਨੂੰ ਅਕਾਊਂਟਾਂ ਰਾਹੀਂ ਵੀ ਭੇਜ ਸਕਦੇ ਹੋ, ਅਤੇ ਫੋਨਪੇ, ਗੂਗਲ ਪੇ, ਪੇਟੀਐਮ ਵੀ ਤੁਸੀਂ ਜੋ ਸੇਵਾ ਕਰ ਸਕਦੇ ਹੋ 98-150-99-513 'ਤੇ। ਇਹ ਮੇਰੀ ਨਿਮਰਤਾ ਸਹਿਤ ਬੇਨਤੀ, ਕਿਉਂਕਿ ਤੁਹਾਡੇ ਕਿਣਕੇ ਕਿਣਕੇ ਨਾਲ ਹੀ ਸਭ ਕੁਝ ਚੱਲਦਾ ਹੈ, ਤੁਹਾਡਾ ਕਿਣਕਾ ਕਿਣਕਾ ਸਮੁੰਦਰ ਬਣ ਜਾਂਦਾ ਹੈ, ਅਤੇ ਕੋਈ ਵੀ ਜੋ ਪਰਿਵਾਰਕ ਮੈਂਬਰ ਇਸ ਸੇਵਾ ਦੇ ਵੱਡੇ ਕੁੰਭ ਦੇ ਵਿੱਚ ਹਿੱਸਾ ਪਾਉਣ ਤੋਂ ਵਾਂਝਾ ਨਾ ਰਹਿ ਜੇ, ਇਹ ਮੇਰੀ ਬੇਨਤੀ ਹੈ। 2 ਵੱਡੀਆਂ ਸੇਵਾਵਾਂ ਬਾਪੂ ਜੀ ਨੇ ਸਾਨੂੰ ਦਿੱਤੀਆਂ ਨੇ, ਅਤੇ ਇਹ ਮੌਕਾ ਸਾਂਭੋ, ਸੇਵਾ ਜਿੰਨੀ ਲੁੱਟ ਸਕਦੇ ਹੋ ਲੁੱਟ ਲਓ, ਐਂਬੂਲੈਂਸ ਲਈ ਅਤੇ ਨਾਲ ਇਹ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਇਹ ਵੱਡੀਆਂ ਸੇਵਾਵਾਂ ਵਿੱਚ ਸਭ ਨੇ ਹਿੱਸਾ ਪਾਉਣਾ, ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਤਿ ਸੰਗਤ ਜੀ, ਆਪ ਜੀ ਦੇ ਚਰਨਾਂ ਵਿੱਚ ਸੁਨੇਮਰ ਬੇਨਤੀ।
ਹਰ ਐਤਵਾਰ ਤੇ ਐਤਵਾਰ ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਵਾਇਆ ਜਾਂਦਾ। ਔਰ ਸਾਰੀਆਂ ਸੰਗਤਾਂ ਨੂੰ ਭਲੀ ਭਾਂਤ ਪਤਾ ਹੈ, ਜਦੋਂ ਸੰਗਤਾਂ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚ ਬਹਿ ਕੇ ਬਾਬਾ ਦੀਪ ਸਿੰਘ ਜੀ ਦੀਆਂ ਵਡਿਆਈਆਂ ਕਰਦੀਆਂ ਨੇ ਔਰ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਦੀਆਂ ਨੇ, ਗੁਰੂ ਪਿਤਾ ਜੀ ਦੀ ਗੋਦ ਵਿੱਚ ਬਹਿ ਕੇ ਸੰਗਤਾਂ ਪੰਜ ਪੜ ਜਪਜੀ ਸਾਹਿਬ, ਦੋ ਪੜ ਚੁਪਈ ਸਾਹਿਬ, ਇੱਕ ਪੜ ਸੁਖਮਨੀ ਸਾਹਿਬ, ਜਦੋਂ ਸੰਗਤਾਂ ਮਿਲ ਕੇ ਪਿਆਰ ਨਾਲ ਕਰਦੀਆਂ, ਚੁਪਹਿਰਾ ਕੱਟਦੀਆਂ ਨੇ, ਜਪ ਤਪ ਸਮਾਗਮ ਵਿੱਚ ਹਾਜ਼ਰੀਆਂ ਭਰਦੀਆਂ ਨੇ ਔਰ ਬਾਬਾ ਦੀਪ ਸਿੰਘ ਜੀ ਫਿਰ ਸਾਰਿਆਂ ਦੇ ਬੰਧਨਾਂ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੀ ਗਰੀਬੀ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਤੁਹਾਡੀਆਂ ਬਿਮਾਰੀਆਂ ਨੂੰ ਕੱਟਦੇ ਨੇ। ਮੈਂ ਹਜ਼ਾਰਾਂ ਤੁਹਾਨੂੰ ਪ੍ਰੇਮੀ ਇਹੋ ਜਿਹੇ ਮਿਲਾ ਸਕਦਾ ਜਿਹੜੇ ਹਰ ਐਤਵਾਰ ਅਤੇ ਐਤਵਾਰ ਜਦੋਂ ਦੇ ਰਾਮ ਤੀਰਥ ਰੋਡ ਆਉਣੇ ਸ਼ੁਰੂ ਹੋਏ ਨੇ, ਕਿਵੇਂ ਕਿਵੇਂ ਬਾਬਾ ਦੀਪ ਸਿੰਘ ਜੀ ਨੇ ਪ੍ਰਤੱਖ ਹੋ ਕੇ ਉਹਨਾਂ ਦੇ ਬੰਧਨ ਕੱਟੇ ਨੇ। ਅੱਗੇ ਅਸੀਂ ਚੁਪਹਿਰਾ ਕਰਦੇ ਸਾਂ ਮਹੀਨੇ ਵਿੱਚ ਇੱਕ ਵਾਰੀ, ਹਰ ਮਹੀਨੇ ਦੀ 27 ਤਰੀਕ ਨੂੰ। ਹੁਣ ਉਹ ਵੀ ਚੁਪਹਿਰਾ ਹੁੰਦਾ, 27 ਨੂੰ ਵੱਡਾ ਚੁਪਹਿਰਾ ਹੁੰਦਾ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਦੇ ਸੰਬੰਧ 'ਚ, ਪਰ 4 ਚੁਪਹਿਰੇ ਹੋਰ ਬਾਪੂ ਦੀਪ ਸਿੰਘ ਨੇ ਝੋਲੀ 'ਚ ਪਾਤੇ, ਜਿਹੜੀ ਅਰਦਾਸ ਅੱਗੇ 5 ਮਹੀਨੇ ਲੱਗ ਜਾਂਦੇ ਸੀ। ਮੰਨ ਲਓ ਕੋਈ ਪ੍ਰੇਮੀ ਕਹਿੰਦਾ ਸੀ ਮੈਂ 5 ਚੁਪਹਿਰੇ ਕੱਟਣੇ ਨੇ, 5 ਮਹੀਨਿਆਂ 'ਚ ਕੱਟੇ ਜਾਂਦੇ ਸੀ, ਹੁਣ ਮਹੀਨੇ ਦੇ ਵਿੱਚ ਹੀ 5 ਚੁਪਹਿਰੇ ਕੱਟੇ ਜਾਂਦੇ ਨੇ, ਉਹੀ ਅਰਦਾਸ ਮਹੀਨੇ ਦੇ ਵਿੱਚ ਪੂਰੀ ਹੋ ਜਾਂਦੀ ਗੁਰੂ ਜੀ ਦੀ ਕਿਰਪਾ ਨਾਲ। ਇਹ ਮੇਰੀ ਬੇਨਤੀ ਹੈ ਪਿਆਰਿਓ, ਹਰ ਐਤਵਾਰ ਨੂੰ ਸਵੇਰੇ 11 ਤੋਂ 3:30 ਵਜੇ ਤੱਕ, 11:15 ਤੋਂ 11 ਵਜੇ ਤੱਕ ਕਥਾ ਹੋ ਜਾਇਆ ਕਰੇਗੀ। ਸਾਰੇ ਪਰਿਵਾਰਕ ਮੈਂਬਰ 1:30 ਲਾਸਟ ਪਹੁੰਚ ਜਾਇਆ ਕਰੋ, ਪੂਰੇ ਚੁਪਹਿਰਾ ਜਪ ਤਪ ਸਮਾਗਮ 'ਚ ਹਾਜ਼ਰੀ ਭਰਨੀ। 11 ਤੋਂ ਲੈ ਕੇ 2 ਵਜੇ ਤੱਕ 5 ਪਾਠ ਜਪਜੀ ਸਾਹਿਬ ਜੀ ਦੇ, 2 ਚੁਪਈ ਸਾਹਿਬ ਜੀ ਦੇ ਨਾਲ, 1 ਪਾਠ ਸੁਖਮਨੀ ਸਾਹਿਬ ਜੀ ਦਾ। ਉਸ ਤੋਂ ਬਾਅਦ ਤਕਰੀਬਨ 2 ਤੋਂ ਲੈ ਕੇ 3:15 ਤੱਕ ਦਾਸ ਕੀਰਤਨ ਦੀ ਹਾਜ਼ਰੀ, 3:30 ਵਜੇ ਤੱਕ ਪੂਰੀ ਸਮਾਪਤੀ ਹੋ ਜਾਇਆ ਕਰੇਗੀ। ਆਓ ਭਾਗਾਂ ਵਾਲਿਓ, ਬੰਧਨ ਕਟਵਾਉਣ ਦਾ ਸਮਾਂ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦਾ ਸਮਾਂ, ਕੋਈ ਵੀ ਰਹਿ ਨਾ ਜਾਇਓ। ਜਿਹਦੀਆਂ ਜਿਹਦੀਆਂ ਫਾਈਲਾਂ ਅਜੇ ਨਹੀਂ ਨਾ ਲੱਗੀਆਂ, ਚੁਪਹਿਰਿਆਂ ਵਿੱਚ ਆ ਕੇ ਆਪਣੀਆਂ ਫਾਈਲਾਂ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ, ਅਰਜ਼ੀਆਂ ਆਪਣੇ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਲਵਾਓ। ਬਾਪੂ ਨੇ ਤੁਹਾਡੀ 1-1 ਦੀ ਅਰਜ਼ੀ ਕਬੂਲ ਕਰ ਲੈਣੀ ਹੈ, ਇਹ ਮੇਰੀ ਪੱਕੀ ਗਰੰਟੀ ਹੈ। ਮੈਨੂੰ ਪੱਕਾ ਵਿਸ਼ਵਾਸ ਹੈ ਆਪਣੇ ਬਾਬਾ ਦੀਪ ਸਿੰਘ ਜੀ ਦੇ ਉੱਤੇ। ਇਹ ਜਿਹੜੇ ਵੀ ਚੁਪਹਿਰਾ ਜਪ ਤਪ ਸਮਾਗਮ ਨੇ, ਇਹ ਸਾਡੇ ਯੂਟਿਊਬ ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਔਰ ਫੇਸਬੁੱਕ ਪੇਜ ਭਾਈ ਅਮਨਦੀਪ ਸਿੰਘ ਬੀਬੀ ਕੋਲਾਂ ਵਾਲੇ, ਇਹ ਦੋਵੇਂ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਇਹ ਲਾਈਵ ਦਿਖਾਏ ਜਾਂਦੇ ਨੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਹਰ ਐਤਵਾਰ ਆ ਕੇ ਰਾਮ ਤੀਰਥ ਰੋਡ ਹਾਜ਼ਰੀਆਂ ਭਰਿਆ ਕਰੋ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।